ਵਾਹਿਗੁਰੂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਚ ਜੁੜ ਕੇ ਬੈਠੇ ਆਂ ਸਤਿਗੁਰੂ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋੜ ਮੇਲਿਆਂ ਤੇ ਇਕੱਠੇ ਹੋਣ ਦਾ ਖਾਲਸਾ ਜੀ ਇੱਕ ਮਕਸਦ ਹੈ ਉਹ ਮਕਸਦ ਹੈ ਵੀ ਅਸੀਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਕੱਤਰ ਹੋਈਏ ਇਕੱਤਰ ਹੋ ਕੇ ਉਹਨਾਂ ਦਾ ਇਤਿਹਾਸ ਸਰਮਣ ਕਰੀਏ ਤੇ ਨਾਲੇ ਇਹ ਸਿੱਖੀਏ ਵੀ ਅੱਜ ਸਾਡੇ ਹਾਲਾਤ ਜਦੋਂ ਉਹਨਾਂ ਵਰਗੇ ਹੋ ਗਏ ਨੇ ਵੀ ਜਿੱਥੇ ਉਹਨਾਂ ਨੂੰ ਚੋਣ ਕਰਨੀ ਪਈ ਜਿੱਥੇ ਉਹ ਬਦਾਵਾ ਲਿਖ ਕੇ ਸਤਗੁਰ ਸੱਚੇ ਪਾਤਸ਼ਾਹ ਨੂੰ ਜਦੋਂ ਘਰਾਂ ਨੂੰ ਪਰਤੇ ਤੇ ਘਰ ਜਾ ਕੇ ਦੇਖੋ ਬਦਾਵਾ ਕਿਉਂ ਲਿਖਿਆ ਸੀ ਵੀ ਜਾਨ ਬਚ ਜਾਵੇ ਨਕਸਾਨ ਤੋਂ ਬਚ ਜਾਈਏ ਪਰਿਵਾਰ ਬਚ ਜਾਣ ਜ਼ਮੀਨਾਂ ਜਾਇਦਾਦਾਂ ਬਚ ਜਾਣ ਇਸ ਕਰਕੇ ਬਦਾਵਾ ਬਹੁਤੇ ਲਿਖ ਕੇ ਦੇ ਗਏ ਸਨ ਤੇ ਜਦੋਂ ਘਰ ਗਏ ਤੇ ਘਰਵੱਡ ਖਾਣ ਨੂੰ ਪੈਂਦਾ ਸੀ ਮਾਤਾ-ਪਿਤਾ ਕੋਰ ਅਰਗੀਆਂ ਮਾਤਾਵਾਂ ਨੇ ਜਦੋਂ ਮੇੜੇ ਮਾਰੇ ਤੇ ਉਹ ਫਿਰ ਘਰਵੱਡ ਖਾਣ ਨੂੰ ਪਏ ਤੇ ਫਿਰ ਘਰੋਂ ਨਿਕਲੇ ਜਿਹੜਾ ਬਦਾਵਾ ਹੱਥੀ ਲਿਖਿਆ ਸੀ ਸਿਆਹੀ ਦੇ ਨਾਲ ਅੰਤ ਨੂੰ ਉਹ ਜਦੋਂ ਪਾੜਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਤੇ ਬਦਾਵਾ ਪਣਾਉਣ ਲਈ ਖੂਨ ਆਪਣਾ ਡੋਲਣਾ ਪਿਆ ਅੱਜ ਸਾਡੀ ਕੌਮ ਨੇ ਅਸੀਂ ਗੁਰੂ ਨੂੰ ਪੈਰ ਪੈਰ ਤੇ ਵਧਾਵੇ ਲਿਖ ਕੇ ਦਿੱਤੇ ਨੇ ਅਸੀਂ ਜੇ ਖਾਲਸਾ ਜੀ ਅੱਜ ਇੱਥੇ ਪਹੁੰਚੇ ਆਂ ਤੇ ਇਸ ਗੱਲ ਨੂੰ ਧਿਆਨ ਚ ਲਿਆਈਏ ਵੀ ਅਸੀਂ ਅੱਜ ਤੱਕ ਕਿੰਨੇ ਕ ਵਧਾਵੇ ਸਤਗੁਰ ਸੱਚੇ ਪਾਤਸ਼ਾਹ ਦੇ ਸਾਹਮਣੇ ਲਿਖ ਕੇ ਤੇ ਦੇ ਚੁੱਕੇ ਆਂ ਅੱਜ ਕੌਮ ਦੀ ਜੋ ਦਸ਼ਾ ਹੈ ਉਹਦੇ ਬਾਰੇ ਜੇ ਨਾ ਸੋਚੀਏ ਸਿਰਫ ਆਪਣੇ ਘਰ ਦੇ ਬਾਰੇ ਸੋਚ ਕੇ ਆਪਣੀ ਰੋਜੀ ਰੋਟੀ ਆਪਣੇ ਮਕਾਨ ਦਾ ਸੋਚੀਏ ਤੇ ਕੌਮੀ ਘਰ ਦਾ ਕੁਝ ਨਾ ਸੋਚੀਏ ਤੇ ਇਹ ਅਧਾਰਥ ਹੈ ਬਦਾਵਾ ਲਿਖ ਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਦੇ ਚੁੱਕੇ ਜੇ ਪੰਜਾਬ ਦੀ ਧਰਤੀ ਜਿਹਨੂੰ ਅੱਜ ਸਾਡੀ ਲੋੜ ਹੈ ਜਿਹਨੂੰ ਅੱਜ ਸਾਡੇ ਸਿਰਾਂ ਦੀ ਲੋੜ ਹੈ ਉਸ ਪੰਜਾਬ ਦੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਵਸਣ ਲਈ ਹੱਥ ਪੈਰ ਮਾਰਦੇ ਆ ਤੇ ਇਹ ਅਧਾਰਥ ਹੈ ਬਦਾਵਾ ਲਿਖ ਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਦੇ ਚੁੱਕੇ ਜੇ ਸਤਗੁਰ ਸੱਚੇ ਪਾਤਸ਼ਾਹ ਨੇ ਕੇਸਾਂ ਦੀ ਮਹੱਤਤਾ ਇਸ ਤਰੀਕੇ ਨਾਲ ਬਿਆਨ ਕੀਤੀ ਜਦੋਂ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਕਿਲਾ ਛੱਡਣ ਲੱਗੇ ਸਤਗੁਰੂ ਤੇ ਕਿਲੇ ਤੋਂ ਬਾਹਰ ਨਿਕਲ ਕੇ ਗੜੀ ਤੋਂ ਬਾਹਰ ਨਿਕਲ ਕੇ ਚਮਕੌਰ ਸਾਹਿਬ ਤੋਂ ਜੋੜਾ ਆਪਣਾ ਗੇਟ ਦੇ ਨਾਲ ਦਰਵਾਜ਼ੇ ਦੇ ਨਾਲ ਲਾ ਦਿੱਤਾ ਭਾਈ ਦਿਆ ਸਿੰਘ ਨੇ ਪਿਆਰੇ ਦਿਆ ਸਿੰਘ ਨੇ ਬੇਨਤੀ ਕੀਤੀ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਪੈਂਡਾ ਵਿਖੜਣਾ ਹੈ ਅਸੀਂ ਜੰਗ ਦੇ ਮੈਦਾਨ ਦੇ ਵਿੱਚੋਂ ਲੰਘਣਾ ਹੈ ਜੰਗ ਦੇ ਮੈਦਾਨ ਦੇ ਵਿੱਚ ਤੇਗਾ ਪਈਆਂ ਨੇ ਤਿੱਖੀਆਂ ਤੀਰ ਪਾਏ ਨੇ ਤੀਰਾਂ ਨੂੰ ਜ਼ਹਿਰ ਦੀ ਪਾਣ ਚੜੀ ਐ ਤੁਸੀਂ ਨੰਗੇ ਪੈਰ ਹੋ ਗਏ ਜੇ ਕਿਤੇ ਖੁਦਾ ਨਾ ਖਾਸਤਾ ਰੱਬ ਨਾ ਕਰੇ ਜੇ ਕੋਈ ਤੀਰ ਜ਼ਰੀਲਾ ਤੁਹਾਡੇ ਪੈਰ ਚ ਵੱਜ ਗਿਆ ਅਸੀਂ ਕਿੱਥੇ ਲੇਖਾ ਦੇਵਾਂਗੇ ਸਾਨੂੰ ਲੈਣੇ ਦੇ ਦੇਣੇ ਪੈ ਜਾਣੇ ਸਹਬਜ਼ਾਦੇ ਪਹਿਲਾ ਸ਼ਹੀਦ ਹੋ ਗਏ ਨੇ अनेਕਾਂ ਸਿੱਖ ਸ਼ਹੀਦ ਹੋ ਗਏ ਸਾਨੂੰ ਰਾਹ ਕੌਣ ਦਿਖਾਊਗਾ 사ਤਗੁਰ ਸੱਚੇ ਪਾਤਸ਼ਾਹ ਨੇ ਅੱਗੇੋਂ ਬਚਨ ਕੀਤਾ ਕਾਲ사 ਜੀ ਉਹਨਾਂ ਕਿ ਆਪ ਦਿਆ ਸਿੰਘ ਜੀ ਇਸ ਜੰਗ ਦੇ ਮੈਦਾਨ ਚ ਮੇਰੇ ਪਿਆਰੇ ਸਿੱਖ ਸ਼ਹੀਦियां ਪਾ ਕੇ ਸੁੱਤੇ ਨੇ ਕਿਸੇ ਦਾ ਦਿਮਾਲਾ ਵੱਧ ਗਿਆ ਕਿਸੇ ਦੇ ਕੇਸ ਖਿਲ ਗਏ ਹੋਣੇ ਆ ਜੇ ਰੱਬ ਨਾ ਕਰੇ ਮੇਰੇ ਚਰਨ ਮੇਰੇ ਮੇਰੇ ਜਿਹੜੇ ਜੋੜਾ ਹੈ ਉਹ ਕਿਸੇ ਦੇ ਕੇਸਾਂ ਨੂੰ ਛੂ ਗਿਆ ਤੇ ਦਿਆ ਸਿੰਘ ਜੀ ਮੈਂ ਕਿੱਥੇ ਲਿਖਾ ਦੇਵਾਂਗਾ ਇਹ ਕੇਸਾਂ ਦੀ ਮਹੱਤਤਾ ਸਤਿਗੁਰ ਨੇ ਬਿਆਨ ਕੀਤੀ ਹੈ ਜਿਹੜੇ ਅੱਜ ਵੀ ਅਸੀਂ ਇਹਨਾਂ ਕੇਸਾਂ ਨੂੰ ਕਤਲ ਕਰਾਉਨੇ ਆ ਦੇ 사ਤਗੁਰ ਨੂੰ ਵਦਾਵਾ ਲਿਖ ਕੇ ਦੇ ਚੁੱਕੇ ਅੱਜ 사ਤਗੁਰ ਨੇ ਜਿਨ੍ਹਾਂ ਨਸ਼ਿਆਂ ਨੂੰ ਤਮਾਕੂ ਨੂੰ ਸ਼ਰਾਬ ਨੂੰ ਹਰਾਮ ਦੱਸਿਆ ਉਹਨਾਂ ਨਸ਼ਿਆਂ ਦਾ ਸੇਵਨ ਕਰਦੇ ਆ ਕੱਲਾ ਸੇਵਨ ਹੀ ਨਹੀਂ ਕਰਦੇ ਆਪਣੇ ਗੁਰੂ ਘਰਾਂ ਦੇ ਵਿੱਚ ਤਮਾਕੂ ਆਪ ਲਈ ਫਿਰਦੇ ਆ ਜੇਬਾਂ 'ਚ ਪਾ ਕੇ ਤੇ ਫਿਰ ਦੱਸੋ ਵਦਾਵੇ ਨੂੰ ਘਟ ਕੀ ਰਹਿ ਗਿਆ ਵਦਾਵੇ ਆਪਾਂ ਪੈਰ ਪੈਰ ਤੇ ਲਿਖ ਚੁੱਕੇ ਆ ਖਾਲਸਾ ਜੀ ਵਦਾਵੇ ਲਿਖਣੇ ਬਹੁਤ ਸੌਖੇ ਨੇ ਬਦਾਵੇ ਚ ਇਹ ਲਿਖ ਦੇਣਾ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਇਹ ਲਿਖ ਦੇਣਾ ਕੋਈ ਔਖੀ ਗੱਲ ਨਹੀਂ ਗੁਰੂ ਬਦਾਵਾ ਲਿਖ ਕੇ ਸਿੱਖ ਨੂੰ ਆਗਿਆ ਤੇ ਦੇ ਦਿੰਦਾ ਵੀ ਭਾਈ ਜਾ ਤੂੰ ਆਪਣੇ ਰਾਹ ਤੇ ਅਸੀਂ ਆਪਣੇ ਰਾਹ ਚਲੇ ਜਾਂਦੇ ਆ ਪਰ ਜੇ ਸਿੱਖ ਮੋੜਨਾ ਚਾਵੇ ਜਿਹੜਾ ਮੋੜਨਾ ਪੈਂਦਾ ਕਿਉਂਕਿ ਬਚਨ ਖوار ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਸੋ ਇਸ ਕਰਕੇ ਮੋੜਨਾ ਤੇ ਖਾਲਸਾ ਜੀ ਪਹਿਣਾ ਹੈ ਪਰ ਜਿੰਨੇ ਵਦਾਵੇ ਲਿਖੇ ਨੇ ਜਦੋਂ ਮੋੜਨਾ ਸਤਗੁਰੂ ਦੀ ਝੋਲੀ 'ਚ ਪੈਣਾ ਆਣ ਕੇ ਤੇ ਵਦਾਵਾ ਕਿਵੇਂ ਪੜਾਉਣਾ ਪੈਣਾ ਹੈ ਭਾਈ ਮਹਾ ਸਿੰਘ ਨੂੰ ਪੁੱਛੋ ਭਾਈ ਮਹਾ ਸਿੰਘ ਨੇ ਆਖਰੀ ਸੁਵਾਸਾ ਮੌਕੇ ਸਤਗੁਰੂ ਅੱਗੇ ਅਰਜ਼ ਕੀਤੀ ਸਤਗੁਰਾਂ ਪੁੱਛਿਆ ਵੀ ਭਾਈ ਮਹਾ ਸਿੰਘ ਜੀ ਕੋਈ ਆਖਰੀ ਇੱਛਾ ਤੁਸੀਂ ਸੰਸਾਰ ਛੱਡਣ ਲੱਗੇ ਜੋ ਕੋਈ ਆਖਰੀ ਇੱਛਾ ਦੱਸ ਦਿਓ ਭਾਈ ਮਹਾ ਸਿੰਘ ਨੇ ਆਖਿਆ ਸਤਗੁਰੂ ਜੀ ਉਹ ਇਹੋ ਇੱਛਾ ਹੈ ਜਿਹੜਾ ਵਦਾਵਾ ਹੈ ਤੁਹਾਡੇ ਕੋਲ ਉਹਨੂੰ ਸਾਡੀਆਂ ਅੱਖਾਂ ਸਾਹਮਣੇ ਪਾੜ ਦਿਓ ਸਤਗੁਰ ਸੱਚੇ ਪਾਤਸ਼ਾਹ ਨੇ ਬੜਾ ਕੋਈ ਸਤਗੁਰ ਦਾ ਵਿਛੜ ਗਿਆ ਪਰ ਸਤਗੁਰ ਸੱਚੇ ਪਾਤਸ਼ਾਹ ਨੇ ਉਹ ਵਦਾਵਾ ਆਪਣੇ ਕੋਲ ਰੱਖਿਆ ਜਿਹੜੇ ਅੱਜ ਵੀ ਵਦਾਵੇ ਅਸੀਂ ਲਿਖ ਕੇ ਦਿੰਨੇ ਆ ਨਿਤ ਦਿਹਾੜੀ ਰੋਜ਼ ਉਹ ਵਦਾਵੇ ਸਤਗੁਰ ਆਪਣੇ ਕੋਲ ਰੱਖਦੇ ਨੇ ਵਦਾਵਾ ਨਹੀਂ ਵਿਛੜਦਾ ਸੋ ਅੱਜ ਸਾਡੇ ਮੋਢਿਆਂ ਤੇ ਭਾਰ ਆ ਗਿਆ ਵੀ ਅਸੀਂ ਸਤਗੁਰ ਨੂੰ ਹੋਰ ਕਿੰਨੇ ਕੁ ਵਦਾਵੇ ਲਿਖ ਕੇ ਦੇਣੇ ਆ ਜੇ ਤੇ ਅੱਜ ਆਪਣੀ ਪੂਰੀ ਹੋ ਗਈ ਇਹ ਕਸਰ ਮੈਂ ਕੱਲ ਬੇਨਤੀਆਂ ਕੀਤੀਆਂ ਥੋੜਾ ਜਿਹਾ ਅਸਰ ਤੇ ਉਹਦਾ ਹੋ ਗਿਆ ਵੀ ਇੱਥੇ ਡੈਕ ਵਜਾ ਕੇ ਡੀਜੇ ਵਜਾ ਕੇ ਨਾ ਲੰਘਿਆ ਕਰੋ ਅੱਜ ਸਵੇਰੇ 3 ਵਜੇ ਪਤਾ ਨਹੀਂ ਕਿਨੂੰ ਐਸੀ ਮੌਦ ਪਈ ਕੋ ਗੀਤ ਲਾ ਕੇ ਇੱਥੇ ਤੇ ਇੰਨੀ ਉੱਚੀ ਉੱਚੀ ਡੀਜੇ ਵਜਾਇਆ ਇੱਥੇ ਫੇ ਸਾਰੀ ਸੰਗਤ ਜਿਹੜੀ ਸੌ ਰਹੀ ਸੀ ਉਹ ਸਾਰੀ ਪਰੇਸ਼ਾਨ ਹੋਈ ਕੋਈ ਨਿਤਨੇਮ ਕਰਦਾ ਸੀ ਉਹ ਪਰੇਸ਼ਾਨ ਹੋਇਆ ਜਾ ਕੇ ਅਸੀਂ ਵੇਖਣ ਦੀ ਕੋਸ਼ਿਸ਼ ਕੀਤੀ ਉਹਨਾਂ ਚਰਨ ਕੋ ਲੰਘ ਗਏ ਹਣ ਆਪਾਂ ਇਹਨਾਂ ਸ਼ਹੀਦੀ ਜੋੜ ਮੇਲਿਆਂ ਤੇ ਕੰਮ ਕਰਨੀ ਆਉਂਦੇ ਮੈਨੂੰ ਬਾਰ-ਬਾਰ ਕਹਿਣਾ ਮੈਨੂੰ ਵੀ ਚੰਗਾ ਨਹੀਂ ਲੱਗਦਾ ਨਾ ਮੈਨੂੰ ਬਾਰ-ਬਾਰ ਇਹ ਸੁਣਾਉਣਾ ਚੰਗਾ ਲੱਗਦਾ ਪਰ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਵੀ ਆਪਾਂ ਇਹਨਾਂ ਅਸਥਾਨਾਂ ਤੇ ਕਰਨ ਕੀ ਆਉਨੇ ਅਸੀਂ ਇਹਨਾਂ ਸਥਾਨਾਂ ਤੇ ਜੇ ਇਹ ਸ਼ੁਗਲ ਮੇਲਾ ਹੀ ਕਰਨ ਆਉਨੇ ਆ ਤੇ ਫਿਰ ਆਪਾਂ ਇੱਥੇ ਨਾ ਆਇਆ ਕਰੀਏ ਕੋਈ ਜਗ੍ਹਾ ਮਿੱਥ ਲਈਏ ਉਥੇ ਜਾਇਆ ਕਰੀਏ ਭਾਵੇਂ ਡੀਜੇ ਵਜਾਈਏ ਭਾਵੇਂ ਡੱਕ ਵਜਾਈਏ ਭਾਵੇਂ ਤਮਾਕੂ ਪੀਏ ਭਾਵੇਂ ਪੀਏ ਸਿਗਟਾਂ ਉੱਥੇ ਸਾਨੂੰ ਕੋਈ ਮਹਿਣਾ ਨਹੀਂ ਮਹਿਣਾ ਤੇ ਕਹੇਗਾ ਵੀ ਸਿੱਖਾਂ ਦੇ ਪੁੱਤ ਹੋ ਕੇ ਸਭ ਕੁਝ ਕਰਦੇ ਫਿਰਦੇ ਆ ਪਰ ਫਿਰ ਵੀ ਇਹਨਾਂ ਜਗਾਵਾਂ ਤੇ ਜਿੱਥੇ ਸ਼ਹੀਦਾਂ ਨੇ ਆਪਣਾ ਲਹੂ ਡੋਲਿਆ ਜਿੱਥੇ ਸ਼ਹੀਦਾਂ ਨੇ ਲਹੂ ਡੋਲ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਖਾਲਸਾ ਜੀ ਅਸੀਂ ਉੱਥੇ ਗੰਦੇ ਗੀਤ ਵਜਾਈਏ ਅਸੀਂ ਉੱਥੇ ਤਮਾਕੂ ਸੁਟਾਈਏ ਸਾਡੇ ਕੋਲ ਕੋਈ ਅਧਿਕਾਰ ਨਹੀਂ ਇਸ ਧਰਤੀ ਨੂੰ ਬੰਦਿਆ ਕਰਨ ਦਾ ਮੈਂ ਪਿੱਛੇ ਜਦੋਂ ਫਤਿਹਗੜ੍ਹ ਸਾਹਿਬ ਗਿਆ ਸਤਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਵਹੀਰ ਫਤਿਹਗੜ੍ਹ ਸਾਹਿਬ ਪਹੁੰਚੀ ਉੱਥੇ ਵੀ ਇਹੋ ਹਾਲ ਸੀ ਜਿਸ ਕਾਲਜ 'ਚ ਅਸੀਂ ਰੁਕੇ ਹਾਂ ਉੱਥੇ ਉਸ ਕਾਲਜ ਦੇ ਵਿੱਚ ਵੱਧ ਆਬਾਦੀ ਬਿਹਾਰ ਯੂਪੀ ਤੋਂ ਆਏ ਵਿਦਿਆਰਥੀਆਂ ਦੀ ਹੈ ਪ੍ਰਵਾਸੀਆਂ ਦੀ ਹੈ ਤੇ ਆਪਣੇ ਸਿੱਖਾਂ ਦੇ ਬੱਚੇ ਬਹੁਤ ਘੱਟ ਪੜਦੇ ਨੇ ਉਸ ਕਾਲਜ ਦੇ ਵਿੱਚ ਉਸ ਦਿਨ ਨੌਜਵਾਨਾਂ ਨੇ ਇੱਕ ਸ਼ਿਕਾਇਤ ਕੀਤੀ ਕਿ ਸਾਡੇ ਦੇ ਭਾਈ ਇਹ ਦਬਦਬਾ ਪਾਉਂਦੇ ਨੇ ਜਿਹੜੇ ਬਾਹਰ ਦੇ ਵਿਦਿਆਰਥੀ ਨੇ ਇਹ ਦਬਦਬਾ ਪਾ ਕੇ ਸਾਨੂੰ 84 ਦਾ ਹੌਲਣ ਦੀਆਂ ਧਮਕੀਆਂ ਦਿੰਦੇ ਨੇ ਜਦੋਂ ਅਸੀਂ ਉੱਥੇ ਖੜ ਕੇ ਇਸ ਗੱਲ ਦਾ ਬਿਆਨ ਕੀਤਾ ਉਹਨਾਂ ਦਾ ਦਰਦ ਉਸ ਤੋਂ ਕੁਝ ਸਮਾਂ ਬਾਅਦ ਹੀ ਉੱਥੇ ਕੋਈ ਬਿਹਾਰੀ ਜਿਹੜੇ ਵਿਦਿਆਰਥੀ ਸਨ ਉਹਨਾਂ ਨੇ ਕਿਸੇ ਦੇ ਜਨਮ ਦੇ ਨਾਲ ਦਿਨ ਸ਼ਰਾਬ ਪੀਤੀ ਸ਼ਰਾਬ ਪੀ ਕੇ ਤਮਾਕੂ ਸੁਟਿਆ ਤੇ ਸਿੱਖਾਂ ਨੂੰ ਗਾਲਾਂ ਕੱਢੀਆਂ ਉੱਥੇ ਜਦੋਂ ਜਿਹੜੇ ਸਿਕਿਉਰਿਟੀ ਗਾਰਡ ਗੇਟ ਤੇ ਖੜੇ ਹੁੰਦੇ ਆ ਉਹਨਾਂ ਨੇ ਜਾਗਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਗੱਲ ਪਏ ਉਹਨਾਂ ਦੀ ਕੁੱਟਮਾਰ ਵੀ ਕੀਤੀ ਹੁਣ ਤੁਸੀਂ ਮੈਨੂੰ ਦੱਸੋ ਜਿਹੜੀ ਗੱਲ ਹਫਤਾ ਪਹਿਲਾਂ ਪ੍ਰਤੱਖ ਕਰਕੇ ਆਏ ਆਂ ਵੀ ਇਹ ਗੱਲ ਵਾਪਰ ਸਕਦੀ ਹੈ ਉਹ ਵਾਪਰ ਗਈ ਕਿਉਂ ਆਪਣੀ ਧਰਤੀ ਜਿੱਥੇ ਸਾਹਿਬ ਜਾਦਿਆਂ ਨੇ ਲਹੂ ਡੋਲਿਆ ਹੋਵੇ ਜਿੱਥੇ ਸ਼ਹਾਦਤ ਦਿੱਤੀ ਹੋਵੇ ਉਸੇ ਧਰਤੀ ਦੇ ਉੱਤੇ ਸਿੱਖਾਂ ਨੂੰ ਮਾਰ ਪੈ ਰਹੀ ਹੈ ਤੇ ਅਜੇ ਵੀ ਕਈ ਬੰਦੇ ਪੁੱਛਦੇ ਨੇ ਵੀ ਗੁਲਾਮੀ ਹੋਰ ਕੀ ਹੁੰਦੀ ਹੈ ਗੁਲਾਮੀ ਨਹੀਂ ਇਹੋ ਨਿਸ਼ਾਨੀਆਂ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਸੁਣਨ ਵਾਲਾ ਜਦੋਂ ਸਿਕਿਉਰਿਟੀ ਗਾਰਡ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਮਾਰਿਆ ਘਟਿਆ ਗਿਆ ਹਸਪਤਾਲ ਦਾਖਲ ਹੋ ਕੇ ਸ਼੍ਰੋਮਣੀ ਕਮੇਟੀ ਦੇ ਅਧੀਨ ਕਾਲਜ ਚੱਲਦਾ ਸਿੱਖਾਂ ਦੇ ਪੈਸੇ ਤੇ ਉਹ ਕਾਲਜ ਬਣਿਆ ਸਿੱਖਾਂ ਦੇ ਪੈਸੇ ਤੇ ਉਹ ਕਾਲਜ ਚੱਲਦਾ ਹੈ ਉਸ ਕਾਲਜ ਦੇ ਪ੍ਰਬੰਧਕਾਂ ਨੇ ਸਾਰਾ ਕਸੂਰ ਸਿਕਿਉਰਿਟੀ ਗਾਰਡਨ ਦਾ ਕੱਢ ਦਿੱਤਾ ਤੇ ਇਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਇਹਨਾਂ ਦੀ ਗਲਤੀ ਹੈ ਐਸਜੀਪੀਸੀ ਪ੍ਰਧਾਨ ਦਾ ਬਿਆਨ ਆਉਂਦਾ ਹੈ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਸਿੱਖਾਂ ਦੀ ਜਿਹੜੀ ਸੰਸਥਾਵਾਂ ਗਿੜੀਆਂ ਦੀਆਂ ਨਾ ਤੇ ਸਿੱਖਾਂ ਦੀ ਸਰਮੌਰ ਸੰਸਥਾ ਹੁੰਦੀ ਹੈ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਪ੍ਰਧਾਨ ਬਿਆਨ ਦੇ ਰਿਹਾ ਹੈ ਵੀ ਇਹ ਭਈ ਬਿਹਾਰੀਆਂ ਦੀ ਦੂਜਿਆਂ ਦੀ ਕੋਈ ਗਲਤੀ ਨਹੀਂ ਗਲਤੀ ਸਾਡੇ ਬੰਦਿਆਂ ਦੀ ਹੈ ਆਖੇ ਇਹ ਜਨਮ ਦਿਨ ਦੀ ਪਾਰਟੀ ਕਰਦੇ ਸੀ ਇਹਨਾਂ ਨੂੰ ਕਿਉਂ ਰੋਕਿਆ ਗਿਆ ਹੁਣ ਤੁਸੀਂ ਦੱਸੋ ਫਤਿਹਗੜ੍ਹ ਸਾਹਿਬ ਦੀ ਧਰਤੀ ਹੋਵੇ ਜਿੱਥੇ ਛੋਟੇ ਸਾਹਿਬ ਜਦਿਆਂ ਨੇ ਲੋਹ ਡੋਲੇ ਆਵੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਧਰਤੀ ਤੇ ਆ ਕੇ ਰਾਜ ਕਾਇਮ ਕੀਤਾ ਹੋਵੇ ਉਸ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਕਾਲਜ ਖੁੱਲੇ ਉਸ ਕਾਲਜ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਬਾਬਾ ਅਜੇ ਸਿੰਘ ਉਹਦੇ ਨਾਂ ਤੇ ਹੋਸਟਲ ਬਣੇ ਉਸ ਹੋਸਟਲ ਦੇ ਵਿੱਚ ਤਮਾਕੂ ਦੀਆਂ ਪਚਕਾਰੀਆਂ ਕੰਧਾਂ ਤੇ ਲੱਗਣ ਇਹ ਐਸਜੀਪੀਸੀ ਦੇ ਪ੍ਰਧਾਨ ਨੂੰ ਨਹੀਂ ਚਾਹੀਦਾ ਵੀ ਇੱਕ ਹੋਰ ਬੇਅਦਬੀ ਹੈ ਇਹਨੂੰ ਪਹਿਲਾਂ ਹੀ ਕਾਬੂ ਚ ਕਰਨਾ ਚਾਹੀਦਾ ਜੇ ਸਿਕਿਉਰਿਟੀ ਗਾਰਡਾਂ ਨੇ ਨਥ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਾਰਿਆ ਗਿਆ ਤੇ ਮਾਰਨ ਤੋਂ ਬਾਅਦ ਸਾਡਾ ਕੀ ਫਰਜ ਬਣਦਾ ਸੀ ਅਸੀਂ ਆਪਣੇ ਅਧਿਕਾਰ 'ਚ ਖਲੋਂਦੇ ਆਪਣੇ ਜੇ ਗਲਤ ਹੋਣ ਤਾਂ ਵੀ ਕਹਿੰਦੇ ਹਾਂ ਅਧਿਕਾਰ 'ਚ ਖਣਾਉਣਾ ਚਾਹੀਦਾ ਇੱਥੇ ਆਪਣੇ ਬੰਦਿਆਂ ਦੀ ਗਲਤੀ ਕੋਈ ਨਹੀਂ ਸ਼ਰਾਬੀ ਕੋਈ ਧੇਰਾ ਸਾਡੇ ਬੰਦੇ ਹਟਾਉਣ ਗਏ ਆ ਹਟਾਉਣ ਗਏ ਬੰਦਿਆਂ ਨੂੰ ਦੋਸ਼ੀ ਬਣਾ ਦਿੰਦਾ ਹੁਣ ਤੁਸੀਂ ਦੱਸੋ ਅਕਾਲੀ ਦਲ ਐਸੀ ਪਾਰਟੀ ਜਿਹੜੀ ਸਿੱਖਾਂ ਦੇ ਨਾਂ ਤੇ ਬਣੀ ਹੈ ਜਿਹੜੀ ਮੋਰਚਿਆਂ 'ਚੋਂ ਨਿਕਲੀ ਜਿਨੇ ਸਿੱਖ ਹੱਕਾਂ ਦੀ ਗੱਲ ਕੀਤੀ ਜਿਹਦੀ ਨੀ ਸਿਰਾਂ ਦੀਆਂ ਕੁਰਬਾਨੀਆਂ ਤੇ ਰੱਖੀ ਗਈ ਉਸ ਅਕਾਲੀ ਦਲ ਦੇ ਮੌਜੂਦਾ ਲੀਡਰ ਜਾਂਦੇ ਆ ਉਥੇ ਬਿਹਾਰੀਆਂ ਦੇ ਕੋਲੋਂ ਪ੍ਰਵਾਸੀਆਂ ਦੇ ਕੋਲੋਂ ਮਾਫੀ ਮੰਗ ਕੇ ਆਉਂਦੇ ਆ ਵੀ ਭਾਈ ਤੁਸੀਂ ਸਾਡੇ ਬੰਦਿਆਂ ਨੂੰ ਕੁੱਟਿਆ ਅਸੀਂ ਕੁੱਟ ਖਾ ਕੇ ਵੀ ਤੁਹਾਡੋਂ ਮਾਫੀ ਮੰਗਦੇ ਆ ਉਥੇ ਇੱਕ ਵੀਡੀਓ ਆਉਂਦੀ ਹੈ ਉਹਦੇ 'ਚ ਕੋਈ ਭਈਆ ਕਹਿੰਦਾ ਵੀ ਭਾਈ ਅਸੀਂ ਪੰਜਾਬ ਨੂੰ ਸ਼ਮਸ਼ਾਨ ਬਣਾ ਦੇਾਂਗੇ ਹੁਣ ਦੱਸੋ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੀ ਧਰਤੀ ਤੇ ਰਹਿ ਕੇ ਪੰਜਾਬ ਦੀ ਧਰਤੀ ਦਾ ਖਾ ਕੇ ਪੰਜਾਬ ਦੀ ਧਰਤੀ ਤੇ ਪੀ ਕੇ ਉਥੇ ਧਮਕੀ ਦੇਣੀ ਵੀ ਅਸੀਂ ਪੰਜਾਬ ਦੀ ਧਰਤੀ ਨੂੰ ਸ਼ਮਸ਼ਾਨ ਬਣਾ ਦੇਵਾਂਗੇ ਤੇ ਸਾਡੇ ਲੀਡਰਾਂ ਦੇ ਕੰਨ ਤੇ ਜੂ ਨਾ ਸਰਕਣੀ ਫੇਰ ਡਰਦਿਆਂ ਮਾਰੇ ਆ ਇਹ ਕਹੀ ਜਾਣਾ ਵੀ ਨਹੀਂ ਜੀ ਦੇਖੋ ਜੀ ਸਾਡੇ ਬੰਦਿਆਂ ਦੀ ਗਲਤੀ ਹੈ ਕਈਆਂ ਨੇ ਇਹ ਰੌਲਾ ਪਾਇਆ ਜਦੋਂ ਮੈਂ ਇਹ ਗੱਲ ਕਹੀ ਵੀ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ ਤੇ ਮੈਂ ਕਿਉਂ ਗੱਲ ਕਹੀ ਹੈ ਪੰਜਾਬ ਕੋਈ ਸ਼ਾਮਲਾਟ ਹੈ ਜੇ ਹਿਮਾਚਲ ਦੇ ਵਿੱਚ ਅਸੀਂ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ ਜੇ ਦੋਸਤਾਨ ਦੇ ਹੋਰ ਕਈ ਸੂਬਿਆਂ ਦੇ ਵਿੱਚ ਇਹ ਕਾਨੂੰਨ ਬਣ ਸਕਦਾ ਵੀ ਬਾਹਰ ਦਾ ਬੰਦਾ ਜਾ ਕੇ ਉੱਥੇ ਜ਼ਮੀਨ ਨਾ ਖਰੀਦੇ ਤੇ ਫੇ ਪੰਜਾਬ ਕਿਹੜੀ ਸ਼ਾਂਮਲਾਟ ਹੈ ਜਿਹਦਾ ਜ਼ਿਕਰ ਦਾ ਇਧਰ ਨਮੂਨ ਚੁੱਕ ਕੇ ਆਉਂਦਾ ਆ ਕੇ ਇੱਥੇ ਜ਼ਮੀਨ ਖਰੀਦਦਾ ਅਗਲੇ ਦਿਨ ਆਧਾਰ ਕਾਰਡ ਬਣਦਾ ਅਗਲੇ ਦਿਨ ਵੋਟ ਬਣਦੀ ਹੈ ਇੱਥੇ ਆਉਂਦਾ ਨਾਲੇ ਤੇ ਸਾਡੀ ਆਬਾਦੀ ਘਟਾਈ ਜਾ ਰਹੀ ਹੈ ਨਾਲੇ ਇੱਥੇ ਸਾਡੇ ਵਿਰੋਧੀਆਂ ਦਾ ਵੋਟ ਬੈਲੈਂਸ ਬਣ ਰਿਹਾ। ਫਿਰ ਇੱਥੇ ਕਈਆਂ ਨੇ ਤਰਕ ਦਿੱਤਾ ਵੀ ਜਦੋਂ ਅਸੀਂ ਵੀ ਤੇ ਜਾਣਦੇ ਹਾਂ ਜੀ ਕੈਨੇਡਾ ਅਮਰੀਕਾ ਇਹ ਜੋ ਮੁਲਕਾਂ ਦੇ ਵਿੱਚ ਅਸੀਂ ਵੀ ਉੱਥੇ ਜਾ ਕੇ ਵੱਸਦੇ ਹਾਂ ਤੇ ਫਿਰ ਜੇ ਕੋ ਇੱਥੇ ਵੱਸ ਜੂ ਤੇ ਕੀ ਆਖਰ ਆਜੂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਹੈ ਕੈਨੇਡਾ ਅਮਰੀਕਾ ਵੱਸਣ ਵਾਸਤੇ ਪਹਿਲਾਂ ਤੇ ਸਾਡੀ ਮਜਬੂਰੀ ਹੈ। ਸਾਡਾ ਬਾਰ-ਬਾਰ ਕਤਲਿਆਮ ਹੋਇਆ ਹੈ। ਸਾਡੇ ਨਾਲ ਇੱਥੇ ਨਸਲ ਕੁਸ਼ੀਆਂ ਹੋਈਆਂ। ਸਾਨੂੰ ਇਥੇ ਨਸ਼ੇ ਦੇ ਜਿਹੜਾ ਕਤਲੇਆਮ ਸਾਡਾ ਕੀਤਾ ਜਾ ਰਿਹਾ ਹੈ ਸਾਡੇ ਕੋਲ ਇਥੇ ਚਿੱਟੇ ਦਾ ਜਿਹੜਾ ਕਾਰੋਬਾਰ ਚਲਾਇਆ ਜਾ ਰਿਹਾ ਹੈ ਉਹਦੇ ਤੋਂ ਤੰਗ ਨੌਜਵਾਨ ਬੜੀਆਂ-ਬੜੀਆਂ ਡਿਗਰੀਆਂ ਕਰੀ ਫਿਰਦੇ ਨੌਜਵਾਨ ਜਿਹੜੇ ਇਥੇ ਬੇਰੁਜ਼ਗਾਰ ਘੁੰਮਦੇ ਡਾਂਗਾ ਖਾਂਦੇ ਐ ਤੇ ਜੇ ਕੋਈ ਸਰਕਾਰੀ ਨੌਕਰੀਆਂ ਨਿਕਲਣ ਉਹਦੇ ਚੋਂ ਬਿਹਾਰ, ਜੂਪੀ, ਰਾਜਸਥਾਨ, ਹਰਿਆਣਾ, ਹਿਮਾਚਲ ਇਨ੍ਹਾਂ ਇਲਾਕਿਆਂ ਦੇ ਵਿੱਚੋਂ ਲੋਕ ਆ ਕੇ ਪੰਜਾਬ 'ਚ ਸਰਕਾਰੀ ਨੌਕਰੀਆਂ ਲੈ ਲੈਣ ਤੇ ਸਾਡੇ ਲੋਕਾਂ ਨੂੰ ਨੌਕਰੀ ਨਾ ਮਿਲੇ ਇਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਬਾਹਰ ਜਾਣਾ ਤੇ ਬਾਹਰ ਜਾਣਾ ਸਾਡੇ ਵਾਸਤੇ ਉਹਨਾਂ ਹੀ ਸੌਖਾ ਹੈ ਕਾਲ사 ਜੀ ਜਿੰਨਾ ਬਿਹਾਰ ਦੇ ਕਿਸੇ ਬੰਦੇ ਲਈ ਪੰਜਾਬ ਆਉਣਾ ਉਹ 50 ਰੁਪਏ ਦੀ ਟਿਕਟ ਲੈਂਦੇ ਨੇ ਇੱਥੇ ਆ ਜਾਂਦੇ ਨੇ ਸਾਡੇ ਬੰਦੇ ਪਹਿਲਾਂ ਬਚਪਨ ਤੋਂ ਅਸੀਂ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣੀ ਸਿਖਾਉਂਦੇ ਆ ਅੰਗਰੇਜ਼ੀ ਸਕੂਲਾਂ 'ਚ ਪਾਈ ਜਾਂਦੇ ਆ ਕਿਹੜੇ ਕੰਮ ਨੂੰ ਵੀ ਇਹ ਮਾੜੀ-ਮੋਟੀ ਅੰਗਰੇਜ਼ੀ ਬੋਲਣ ਲੱਗ ਪੈਣ ਤੇ ਵੱਡੇ ਹੋ ਕੇ ਆਇਲਟਸ ਕਰਾ ਕੇ ਇਹਨਾਂ ਨੂੰ ਬਾਹਰ ਤੋਰ ਦਿਆਂਗੇ ਫਿਰ ਜਦੋਂ ਇੱਥੇ ਪੜ੍ਹਾਈ ਕਰ ਲਈ ਉਹਦੇ ਤੇ ਵੱਖ ਪੈਸੇ ਭੁਕੇ ਬਾਜ ਸਾਲ-ਸਾਲ ਸੈਂਟਰਾਂ ਦੇ ਵਿੱਚ 10-10 ਤੋਂ 20,000 ਰੁਪਇਆ ਮਹੀਨੇ ਦਾ ਦੇ ਕੇ ਅੰਗਰੇਜ਼ੀ ਦਾ ਕੋਰਸ ਕਰਦੇ ਆ ਬਾਜ ਵੀਜ਼ਾ ਲੱਗਣਾ ਨਹੀਂ ਲੱਗਣਾ ਵੱਖਰੀ ਗੱਲ ਪਹਿਲਾਂ ਹੀ ਉਹਨਾਂ ਦੇ ਮੁਲਕ 'ਚ ਗੋਰਿਆਂ ਦੇ ਮੁਲਕ 'ਚ ਜਾਣ ਤੋਂ ਪਹਿਲਾਂ ਅਜੇ ਪਤਾ ਨਹੀਂ ਵੀ ਜਾ ਸਕਣਾ ਕਿ ਨਹੀਂ ਜਾ ਸਕਣਾ ਪਹਿਲਾਂ ਹੀ ਉਹਨਾਂ ਦੀ ਬੋਲੀ ਸਿੱਖਣ ਲਈ ਅਸੀਂ ਲੱਖਾਂ ਰੁਪਇਆ ਭੁਗ ਦਿੰਨੇ ਆ ਫਿਰ ਜੇ ਵੀਜ਼ਾ ਲੱਗ ਜਾਂਦਾ ਕੋਈ ਨਾ ਕੋਈ ਚੀਜ਼ ਵੇਚਦੇ ਆ ਕੁਝ ਗਹਿਣੇ ਧਰਦੇ ਆ 20-25 ਲੱਖ ਰੁਪਇਆ ਇਕੱਠਾ ਕਰਕੇ ਫੀਸ ਭਰ ਕੇ 6 ਮਹੀਨਿਆਂ ਦੀ ਬਾਹਰ ਜਾਣੇ ਫਿਰ ਉਥੇ ਜਾ ਕੇ 5-7 ਸਾਲ ਦੋ-ਦੋ ਤਿੰਨ-ਤਿੰਨ ਸ਼ਿਫਟਾ ਲਾ ਕੇ ਕੰਮ ਕਰਦੇ ਆ ਫਿਰ ਜਾ ਕੇ ਤੇ ਪੀਆਰ ਮਿਲਦੀ ਤੇ ਲੱਖਾਂ ਡਾਲਰ ਹਕੂਮਤ ਨੂੰ ਟੈਕਸ ਦੇ ਰੂਪ ਚ ਦੇ ਦਿੰਨੇ ਆ ਫਿਰ ਜਾ ਕੇ ਕਿਤੇ ਪੀਆਰ ਮਿਲਦੀ ਹੈ ਤੇ ਪਾਸਪੋਰਟ ਤੇ ਪਤਾ ਨਹੀਂ ਕਦੋਂ ਮਿਲਦਾ ਜਾ ਕੇ ਇਹ ਸਾਡਾ ਤਰੀਕਾਕਾਰ ਹੈ ਉਥੇ ਜਾਣ ਦਾ ਉਥੇ ਜਾ ਕੇ ਜੇ ਘਰ ਲੈਣੀਆਂ ਤੇ 25-23 ਸਾਲ ਦੀਆਂ ਕਿਸ਼ਤਾਂ ਬੱਜੀਆਂ ਨੇ ਅਸੀਂ ਵੀ ਤਾਰਦੇ ਆ ਸਾਡੇ ਬੱਚੇ ਵੀ ਤਾਰਦੇ ਨੇ ਇਹ ਆਉਂਦੇ ਨੇ 50 ਰੁਪਏ ਦੀ ਟਿਕਟ ਘਟਾ ਕੇ 50 ਆ ਦੀ ਟਿਕਟ ਘਟਾ ਕੇ ਆਉਂਦੇ ਨੇ ਇੱਥੇ ਸਰਕਾਰ ਆਉਂਦਿਆਂ ਨੂੰ ਘਰ ਵੀ ਦੇ ਦਿੰਦੀ ਐ ਇੱਥੇ ਸਰਕਾਰ ਆਉਂਦਿਆਂ ਨੂੰ ਇਹ ਕਿਹੜਾ ਟੈਕਸ ਭਰਦੇ ਨੇ ਪੰਜਾਬ ਦੀ ਵਾਸਤੇ ਸੋ ਇਸ ਕਰਕੇ ਜਿਹੜੇ ਬੰਦੇ ਇਹ ਤਰਕ ਦਿੰਦੇ ਨੇ ਵੀ ਭਾਈ ਅਸੀਂ ਵੀ ਜਾਣੇ ਆ ਉਹਨਾਂ ਬੰਦਿਆਂ ਦੀ ਬੁੱਧੀ ਦੀ ਇਹ ਸੀਮਤਾ ਹੀ ਐ ਉਹਨਾਂ ਨੂੰ ਇਹ ਨਹੀਂ ਪਤਾ ਅਸੀਂ ਕਿਹੜੇ ਤਰੀਕੇ ਨਾਲ ਜਾ ਰਹੇ ਹਾਂ ਤੇ ਇਹ ਕਿਹੜੇ ਤਰੀਕੇ ਨਾਲ ਆ ਰਹੇ ਹਾਂ ਅਸੀਂ ਆ ਜਾ ਕੇ ਅਗਲੇ ਦੇ ਸੱਭਿਆਚਾਰ ਦਾ ਮਾਣਤਨ ਰੱਖਦੇ ਆਂ ਇੱਥੇ ਆ ਕੇ ਆਉਂਦੇ ਨੇ ਬਿਸ਼ਰਤੇ ਵੀ ਇਹਨਾਂ ਨੂੰ ਇੱਥੇ ਆਣ ਕੇ ਪੰਜਾਬੀ ਬੋਲਣੀ ਚਾਹੀਦੀ ਹੈ ਆ ਕੇ ਪਹਿਲਾ ਕੰਮ ਇਹ ਕਰਦੇ ਨੇ ਜੇ ਰੇੜੀ ਲਾਉਂਦੇ ਤੇ ਉੱਤੇ ਹਿੰਦੀ ਲਿਖ ਦਿੰਦੇ ਜੇ ਦੁਕਾਨ ਖੋਲਦੇ ਨੇ ਹਿੰਦੀ ਚ ਗੱਲ ਕਰਦੇ ਨੇ ਤੇ ਸਾਡੇ ਵਰਗੇ ਲੋਕ ਜਿਨ੍ਹਾਂ ਸਾਰੀ ਉਮਰ ਪੰਜਾਬੀ ਦਾ ਖਾਦ ਹੈ ਉਹ ਉੱਠ ਕੇ ਜਾ ਕੇ ਇਹਨਾਂ ਨਾਲ ਹਿੰਦੀ ਚ ਲੱਗੇ ਹੁੰਦੇ ਨੇ ਭਾਵੇਂ ਟੁੱਟੀ-ਭੁੱਟੀ ਬੋਲੀ ਜਾਣ ਸੋ ਖਾਲਸਾ ਜੀ ਇਹ ਸਾਡੀ ਮੌਜੂਦਾ ਦਸ਼ਾ ਸਾਨੂੰ ਇਹ ਦੱਸਣ ਵਾਲੇ ਲੋਕ ਵੀ ਅਸੀਂ ਵੀ ਜਾਣਦੇ ਆ ਅਸੀਂ ਜਾਣਾ ਨਹੀਂ ਚਾਹੁੰਦੇ ਪੰਜਾਬ ਦੀ ਧਰਤੀ ਛੱਡ ਕੇ ਤੁਸੀਂ ਦੱਸੋ ਦੁਨੀਆਂ ਦੇ ਕਿਸੇ ਕੋਨੇ 'ਚ ਵੀ ਚੱਲ ਜਿਏ ਮੁਕਸਰ ਸਾਹਿਬ ਦੀ ਧਰਤੀ ਮਿਲ ਸਕਦੀ ਏ ਉੱਥੇ ਉਹ ਕਿਹੜੇ 40 ਨੇ ਜਿਨ੍ਹਾਂ ਨੇ ਬਦਾਵਾ ਪੜਵਾਇਆ ਉੱਥੇ ਕਿਹੜੇ 40 ਨੇ ਜਿਨ੍ਹਾਂ ਨੂੰ ਮੁਕਤੀ ਮਿਲੀ ਏ ਉੱਥੇ ਕਿਹੜੇ 40 ਨੇ ਜਿਨ੍ਹਾਂ ਦੀ ਟੁੱਟੀ ਗੰਢੀ ਗਈ ਕੋਈ ਦੁਨੀਆਂ ਦੇ ਉੱਤੇ ਧਰਤੀ ਲੱਭ ਸਕਦੀ ਏ ਦੁਨੀਆਂ ਦੇ ਉੱਤੇ ਹਰਮੰਦਰ ਸਾਹਿਬ ਦੀ ਧਰਤੀ ਪ੍ਰਾਪਤ ਹੋ ਸਕਦੀ ਏ ਸਾਨੂੰ ਕਿਤੇ ਹੋਰ ਦੁਨੀਆ ਦੇ ਉੱਤੇ ਕਿਤੇ ਆਨੰਦ ਪਰ ਵਸਾਇਆ ਜਾ ਸਕਦਾ ਜੇ ਨਹੀਂ ਵਸਾਇਆ ਜਾ ਸਕਦਾ ਤੇ ਫਿਰ ਦੱਸੋ ਵੀ ਅਸੀਂ ਇਸ ਜਗ੍ਹਾ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਇਹ ਸਾਡੀ ਮਜਬੂਰੀ ਬਣ ਗਈ ਇਸ ਜਗ੍ਹਾ ਨੂੰ ਛੱਡ ਕੇ ਜਾਣਾ ਪਰ ਖਾਲਸਾ ਜੀ ਕਿਸੇ ਵੇੜੇ ਜਦੋਂ ਸਾਡੀ ਧਰਤੀ ਨੂੰ ਸਾਡੀ ਮਿੱਟੀ ਨੂੰ ਸਾਡੀ ਲੋੜ ਹੈ ਉਸ ਮੌਕੇ ਤੇ ਜੇ ਅਸੀਂ ਬਦਾਵੇ ਲਿਖ ਲਿਖ ਕੇ ਤੇ ਜਾਜਾਂ ਤੇ ਚੜ ਚੜ ਕੇ ਜਾਈਏ ਤੇ ਮੁੜੀਏ ਹੀ ਨਾ ਤੇ ਇਹ ਵੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਬਦਾਵਾ ਹੈ ਅੱਜ ਸਮੇਂ ਦੀ ਲੋੜ ਕੀ ਬਣ ਗਈ ਐ ਵੀ ਉਹਨਾਂ ਨੇ ਤੇ ਪ੍ਰਵਾਸ ਜਾਰੀ ਰੱਖਿਆ ਉਹਨਾਂ ਨੇ ਆਣ ਕੇ ਇੱਥੇ ਘਰ ਬਣਾ ਲਏ ਪੱਕੇ ਸਰਕਾਰਾਂ ਨੇ ਸਹੂਲਤਾਂ ਦਿੱਤੀਆਂ ਲੀਡਰਾਂ ਸਾਡਿਆਂ ਨਹੀਂ ਸਿੱਖਾਂ ਦੇ ਖਵਾਉਂਦੇ ਲੀਡਰਾਂ ਨੇ ਚੰਦ ਵੋਟਾਂ ਦੇ ਪਿੱਛੇ ਇਹ ਇੱਥੇ ਕੋੜ ਇੱਥੇ ਭਰਤੀ ਕਰ ਲਿਆ ਉਹ ਕੀ ਐ ਸਰਪੰਚੀ ਦੀਆਂ ਵੋਟਾਂ ਪਿੱਛੇ ਇਹਨਾਂ ਭਈਆਂ ਦੀਆਂ ਵੋਟਾਂ ਬਣਵਾ ਦਿੱਤੀਆਂ ਹੁਣ ਹੁੰਦਾ ਕੀ ਐ ਉਹ ਪਿੰਡਾਂ 'ਚ ਹੋ ਗਏ ਨੇ ਬਹੁ ਗਿਣਤੀ ਉਹਨਾਂ ਦੇ ਸੱਤ ਸੱਤ ਅੱਠ ਅੱਠ ਨਿਆਣੇ ਜਵਾਕ ਸਾਡਾ ਝੁੰਗੇ ਨਾ ਇੱਕ ਜਵਾਕ ਹੈ ਪੰਜਾਬੀਆਂ ਦਾ ਇੱਕ ਇੱਕ ਜਵਾਕ ਹੈ ਉਸ ਜਵਾਕ ਨੂੰ ਘਰੋਂ ਅਸੀਂ ਨਿਕਲ ਨਹੀਂ ਦਿੰਦੇ ਉਹ ਇੰਨਾ ਸੋਹਲ ਬਣਾਤਾ ਭਿੱਜੇ ਉਹਦੇ ਕੋ ਚਪੇੜ ਮਾਰੇ ਤੇ ਮੁੰਡਾ ਚਾਰ ਦਿਨ ਰੋਣੋਂ ਚੁੱਪ ਕਰੇ ਤੇ ਜੰਗ ਅਸੀਂ ਸਾਹ ਲੜਨੀ ਹੈ ਜੇ ਕਾਨੂੰ ਲੋੜ ਪੈ ਗਈ ਇਹ ਸਾਡੀ ਪਿਛਲੀ ਪੀੜ੍ਹੀ ਚਾਰ ਚਾਰ ਪੰਜ ਪੰਜ ਜਵਾਕ ਸੀ ਘਰਾਂ ਦੇ ਵਿੱਚ ਉਹਨਾਂ ਚੋਂ ਦੋ ਦੋ ਕੁਰਬਾਨ ਹੋ ਗਏ ਤੇ ਮਾਮਾ ਨੇ ਸਬਰ ਕਰ ਲਿਆ ਤੇ ਹੁਣ ਜੇ ਮੜਾ ਜਾ ਬੁਖਾਰ ਚੜ੍ਹ ਜਾਵੇ ਤੇ ਮਾਵਾਂ ਕਦੇ ਕਿਸੇ ਪਾਸਟਰ ਕੋਲ ਲੈ ਜਾਂਦੀਆਂ ਕਿਸੇ ਬਾਬੇ ਕੋਲ ਲੈ ਜਾਂਦੀਆਂ ਇਹਨਾਂ ਨੇ ਚੱਲਾ ਜਾਂਦਾ ਵੀ ਜਵਾਕ ਨੂੰ ਬੁਖਾਰ ਚੜ ਗਿਆ ਤੇ ਕੱਲ ਨੂੰ ਜੇ ਗੁਰੂ ਨੂੰ ਭੇਟ ਕਰਨੇ ਪੈਗੇ ਜੇ ਗੁਰੂ ਨੂੰ ਸੌਂਪਣੇ ਪੈਗੇ ਜਵਾਕ ਤੇ ਫਿਰ ਕਿਵੇਂ ਸੌਂਪਾਂਗੇ ਮੈਂ ਪਿੱਛੇ ਜੇ ਬੇਨਤੀ ਕਰਤੀ ਵੀ ਆਪਾਂ ਨੂੰ ਸਿੱਖਾਂ ਨੂੰ ਘਟੋ-ਘਟ 4-4 5-5 ਜਵਾਕ ਸਾਡੇ ਹੋਣੇ ਚਾਹੀਦੇ ਨੇ ਤੇ ਕਈਆਂ ਨੇ ਕਹਿ ਦਿੱਤਾ ਵੀ ਭਾਈ 4-4 ਜਵਾਕ ਪਾਲੂ ਕੌਣ ਮੈਨੂੰ ਦੱਸੋ ਵੀ ਜੇ ਸਤਗੁਰ ਤੇ ਭਰੋਸਾ ਨਹੀਂ ਫਿਰ ਤੇ ਇਹ ਸਵਾਲ ਕਰਨਾ ਤੁਹਾਡਾ ਜਾਇਜ਼ ਹੈ ਆਣੀ ਦੇ ਬਚਨ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਘਾ ਰਿਜਕ ਆਗੇ ਕਰ ਧਰਿਆ ਤੁਸੀਂ ਮੈਨੂੰ ਦੱਸੋ ਜਿਹੜਾ ਪੱਥਰਾਂ ਦੇ ਵਿੱਚ ਕਿ ਰਿਜਕ ਦੇ ਰਿਹਾ ਸਤਿਗੁਰ ਸੱਚਾ ਪਾਤਸ਼ਾਹ ਉਹ ਸਾਡੇ ਜਵਾਗ ਨਾ ਪਾਲੂ ਜੇ ਇਥੇ ਗੁਜਰਾਂ ਦੇ ਜਵਾਗ ਪਾਲ ਸਕਦੇ ਨੇ 6 ਤੇ 7-7 ਸਾਡੇ ਤੋਂ ਜ਼ਿਆਦਾ ਪੈਸਾ ਉਹਨਾਂ ਕੋਲ ਜੇ ਭਈਆਂ ਦੇ ਜਵਾਗ ਪਾਲ ਸਕਦੇ ਨੇ ਜੇ ਹੋਰ ਨਾ ਕੌਮਾਂ ਦੇ ਜਵਾਗ 7-7 8-8 ਪਾਲ ਸਕਦੇ ਨੇ ਤੇ ਸਾਨੂੰ ਕੀ ਹੋਇਆ ਸਾਡੀ ਖਾਲਸਾ ਜੀ ਆਬਾਦੀ ਘਟ ਰਹੀ ਹੈ ਅਸੀਂ ਹਿੰਦੁਸਤਾਨ ਦੇ ਵਿੱਚ ਪਹਿਲਾਂ ਹੀ ਘਟ ਗਿਣਤੀ ਕੌਮ ਆ ਤੇ ਘਟ ਗਿਣਤੀ ਕੌਮ ਹੋਣ ਦੇ ਨਾਤੇ ਸਾਡੀ ਆਬਾਦੀ ਘਟ ਹੈ ਉਹਨੂੰ ਵਧਾਉਣ ਦੇ ਯਤਨ ਕਰਨ ਦੀ ਬਜਾਏ ਅਸੀਂ ਇਸ ਨਾਰੇ ਤੇ ਪੈਰਾ ਦੇਈ ਜਾਣਾ ਵੀ ਬੱਚੇ ਦੋ ਹੀ ਅੱਛੇ ਦੋ ਵੀ ਬਰਲੇ ਰਹਿ ਗਏ ਨੇ ਹੁਣ ਇੱਕ ਤੇ ਹੀ ਗੱਲ ਆਣ ਕੇ ਟਿਕ ਗਈ ਸੋ ਆਪਾਂ ਕੋਈ ਥੋੜੀ ਬਹੁਤ ਹੋਸ਼ ਕਰੀਏ ਸਾਡੇ ਸਾਹਮਣੇ ਜਿਹੜੀ ਮੁਸ਼ਕਲ ਦਰਪੇਸ਼ ਹੈ ਇਸ ਇਲਾਕੇ ਦੇ ਵਿੱਚ ਡੇਰਾਵਾਦ ਦਾ ਇਨਾਕ ਪ੍ਰਭਾਵ ਹੈ ਮੈਂ ਅੱਜ ਦੁਪਹਿਰੇ ਵੀ ਬੇਨਤੀ ਕੀਤੀ ਸੀ ਕਈ ਅਜੇ ਵੀ ਡੇਰੇ ਸਿਰਸੇ ਵਾਲੇ ਨੂੰ ਮੰਨੀ ਜਾਂਦੇ ਜੀ ਆਖਿਆ ਜੀ ਸਤਿਗੁਰੂ ਹੈ ਸਤਿਗੁਰ ਦਾ ਅਰਥ ਹੁੰਦਾ ਹੈ ਸੱਚਾ ਗੁਰੂ ਤੁਸੀਂ ਮੈਨੂੰ ਦੱਸੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਤੀ ਤਵੀ ਤੇ ਬੈਠ ਕੇ ਇਹ ਸਚਾਈ ਨੂੰ ਕਾਇਮ ਕੀਤਾ ਇਹ ਗੁਰਿਆਈ ਨੂੰ ਕਾਇਮ ਕੀਤਾ ਛੇਵੇਂ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ 48 48 ਘੰਟੇ ਤਿੰਨ ਤਿੰਨ ਦਿਨ ਕਮਰ ਕਸਾਂ ਨਹੀਂ ਖੋਲਿਆ ਲੋ ਹੁਨਾ ਭੇਜਿਆ ਚੋੜਾ ਪਾ ਛੜਿਆ ਜੰਗਾ ਲੜ ਲੜ ਕੇ ਸਾਬਤ ਕੀਤਾ ਵੀ ਸੱਚਾ ਗੁਰੂ ਕੌਣ ਹੈ ਨੌਵੇਂ ਪਾਤਸ਼ਾਹ ਨੇ ਦਿੱਲੀ ਜਾ ਕੇ ਕਟਕਲ ਹਾਇਆ ਸੀਸ ਲਾ ਕੇ ਇਹ ਸਾਬਤ ਕੀਤਾ ਕਿ ਝੂਠੇ ਲਈ ਫਿਰਦੇ ਸੀ ਨਾ ਮੰਜੀਆਂ ਉਦੋਂ ਵੀ ਦੱਸਿਆ ਵੀ ਸੱਚਾ ਗੁਰੂ ਕੌਣ ਹੈ ਦਸਵੇਂ ਪਾਤਸ਼ਾਹ ਨੇ ਸਰਬੰਸ ਵਾਰ ਕੇ ਮਹਿਲ ਮਨਾਰੇ ਛੱਡ ਕੇ ਇਹ ਸਾਬਤ ਕੀਤਾ ਵੀ ਸੱਚਾ ਗੁਰੂ ਕੌਣ ਹੈ ਤੇ ਜਿਹਦੀਆਂ ਅਦਾਲਤ ਚ ਖਲੋ ਕੇ ਲਤਾਂ ਕੰਮਣ ਉਹਨੂੰ ਤੁਸੀਂ ਸੱਚਾ ਗੁਰੂ ਆਖੀ ਜਾਓ ਉਹਦੀ ਪੂਜਾ ਕਰੀ ਜਾਓ ਅਗੇ ਜੀ ਸਾਡੇ ਬਜ਼ੁਰਗ ਜਾਂਦੇ ਸੀ ਬਜ਼ੁਰਗ ਜੇ ਖੋਚ ਛਾਲ ਮਾਰ ਦੇਣ ਤੇ ਫਿਰ ਮਗਰੇ ਮਾਰ ਦੇਣੀ ਚਾਹੀਦੀ ਆ ਆਪਾਂ ਬੰਦੇ ਦੀ ਕਰਤੂਤ ਵੇਖੀਏ ਉਹਦੇ ਤੇ ਬਲਾਤਕਾਰ ਦੇ ਇਲਜ਼ਾਮ ਸਾਬਤ ਹੋ ਗਏ ਉਹਦੇ ਡੇਰੇ 'ਚ ਬੰਬ ਬਣਿਆ ਉਹਦੇ ਡੇਰੇ 'ਚ ਬੰਬ ਬਣਿਆ ਜਿਨ੍ਹਾਂ ਮੌਰ ਬੰਬ ਧਮਾਕਾ ਕੀਤਾ ਉਹ ਤਾਂ ਛੋਟੇ ਛੋਟੇ ਜਵਾਕ ਮਾਰੇ ਗਏ ਉਹਦੇ ਡੇਰੇ ਦੇ ਵਿੱਚ ਪੱਤਰਕਾਰਾਂ ਦੇ ਕਤਲ ਹੋ ਗਏ ਉਹਨੇ ਲੋਕਾਂ ਦੀਆਂ ਜ਼ਮੀਨਾਂ ਨਾਪਲੀਆਂ ਤੇ ਅਜੇ ਵੀ ਅਸੀਂ ਕਹੀ ਜਾਂਦੇ ਆ ਵੀ ਸੱਚਾ ਗੁਰੂ ਹੈ ਜੀ ਤੋ ਇਸ ਕਰਕੇ ਇਸ ਇਲਾਕੇ ਦੇ ਉੱਤੇ ਜਿਹੜਾ ਇਹ ਕਲੰਕ ਲੱਗਾ ਹੋਇਆ ਨਾ ਸਾਡਾ ਵੀ ਅਸੀਂ ਡੇਰਿਆਂ ਦੇ ਮਗਰ ਲੱਗੇ ਆ ਉਸ ਡੇਰੇ ਦੇ ਮਗਰ ਜਿੱਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਕਰਾਈ ਹੋਵੇ ਅਜਿਹੜਾ ਪ੍ਰਦੀਪ ਪ੍ਰੇਮੀ ਪਿਛੇ ਸੋਧਿਆ ਗਿਆ ਨਾ ਇਹਦੇ ਤੇ ਇਲਜ਼ਾਮ ਸੀ ਵੀ ਇਹਨੇ ਜਦੋਂ ਰੇਕੀ ਕੀਤੀ ਆ ਇਸ ਬੰਦੇ ਨੇ ਉਹਦੀ ਰੇਕੀ ਕਰਵਾਈ ਹੈ ਮਹਾਰਾ ਸੱਚੇ ਪਾਤਸ਼ਾਹ ਦੇ ਸਰੂਪ ਦੀ ਤੇ ਕਦੋਂ ਗ੍ਰੰਥੀ ਜਾਂਦਾ ਹੈ ਕਦੋਂ ਕਿਤੇ ਆਉਂਦਾ ਹੈ ਤੇ ਉਸ ਤੋਂ ਬਾਅਦ ਸਰੂਪ ਚੋਰੀ ਕਰਨ ਦੇ ਵਿੱਚ ਇਹਦਾ ਬਰਾਬਰ ਹੱਥ ਸੀ ਸਰਕਾਰ ਨੇ ਤੇ ਦੇਖੋ ਇਹਨਾਂ ਦੇ ਨਾਲ ਸਾਂਝ ਪਾਲੀ ਹੈ ਸਾਡੀ ਦੁਸ਼ਮਣ ਹੈ ਸਰਕਾਰ ਇਹਨਾਂ ਦੀ ਮਿੱਤਰ ਹੈ ਸਿੱਖਾਂ ਦਾ ਜਿਹੜਾ ਨੁਕਸਾਨ ਕਰੂਗਾ ਬੰਦਾ ਜੇ ਪਹਿਲਾਂ ਨਿਰੰਕਾਰ ਹੀ ਕਰਦੇ ਸੀ ਸਰਕਾਰ ਨੇ ਉਹਨਾਂ ਨਾਲ ਮਿੱਤਰਤਾ ਹੀ ਕਾਇਮ ਕੀਤੀ ਜੇ ਰਾਧਾ ਸਵਾਮੀਆ ਨੇ ਕੀਤਾ ਸਰਕਾਰ ਨੇ ਉਹਨਾਂ ਨਾਲ ਮਿੱਤਰਤਾ ਹੀ ਕਾਇਮ ਕੀਤੀ ਜੇ ਇਹ ਜਿਹੜਾ ਡੇਰੇ ਸਿਰਸੇ ਵਾਲਾ ਸੀ ਇਹਨੇ ਸਿੱਖਾਂ ਦਾ ਨੁਕਸਾਨ ਕੀਤਾ ਸਰਕਾਰ ਇਹਨਾਂ ਦੀ ਮਿੱਤਰ ਬਣ ਗਈ ਜੇ ਪੁਨੀਆਰੇ ਵਾਲਾ ਸੀ ਸਰਕਾਰ ਨੇ ਉਹਨਾਂ ਨਾਲ ਮਿੱਤਰਤਾ ਹੀ ਕਾਇਮ ਕਰ ਲਈ ਜਿਹੜਾ ਵੀ ਡੇਰਾ ਜਿਹੜੇ ਵੀ ਸੰਪਰਦਾ ਇੱਥੇ ਸਿੱਖਾਂ ਦਾ ਵਿਰੋਧ ਕਰੂਗੀ ਸਰਕਾਰ ਉਹਨਾਂ ਦੇ ਨਾਲ ਮਿੱਤਰਤਾ ਹੀ ਕਾਇਮ ਕਰ ਲੇ ਪਰ ਆਪਣਾ ਕੀ ਫਰਜ਼ ਬਣਦਾ ਹੈ ਖਾਲਸਾ ਜੀ ਆਪਣਾ ਇਹ ਫਰਜ਼ ਬਣਦਾ ਹੈ ਵੀ ਅਸੀਂ ਇਹਨਾਂ ਡੇਰਿਆਂ ਦੇ ਪਿੱਛੇ ਲੱਗੇ ਰਹੀਏ ਤੇ ਸੱਚ ਨੂੰ ਪਛਾਣਨ ਤੋਂ ਅਨਕਾਰੀ ਹੋ ਜਾਈਏ ਸਾਧਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜਾ ਬਾਦਸ਼ਾਹੀ ਪਾਤਸ਼ਾਹੀ ਬਖਸ਼ੀ ਹੈ ਜਦੋਂ ਸਾਨੂੰ ਕੋਈ ਮੂੰਹ ਨਹੀਂ ਸੀ ਲਾਉਂਦਾ ਇੱਥੇ ਅੱਜ ਵੀ ਜਾਤ ਪਾਤ ਦਾ ਰੌਲਾ ਨਾ ਤੁਹਾਡੇ ਪਿੰਡਾਂ ਦੇ ਵਿੱਚ ਇੱਥੇ ਅੱਜ ਵੀ ਕੋਈ ਉੱਚੀ ਜਾਤ ਦਾ ਬਣਿਆ ਕੋਈ ਨੀਵੀਂ ਜਾਤ ਦਾ ਬਣਿਆ ਕੋਈ ਜੱਟ ਸਿੱਖ ਬਣਿਆ ਕੋਈ ਮਜਬੀ ਸਿੱਖ ਬਣਿਆ ਕੋਈ ਰੰਗਰੇਟਾ ਸਿੱਖ ਬਣਿਆ ਕੋਈ ਕੋਈ ਸਿੱਖ ਬਣਿਆ ਪਰ ਮੈਨੂੰ ਇਹ ਦੱਸੋ ਸਤਗੁਰ ਸੱਚੇ ਬਾਦਸ਼ਾਹ ਨੇ ਵਖਰੇਵਾ ਕਰਕੇ ਕਿੱਥੇ ਕਿਹਾ ਹੈ ਸਤਗੁਰ ਨੇ ਕਿਹਾ ਇਹਨ ਗਰੀਬ ਸਿੱਖ ਨੂੰ ਕੋ ਦਊ ਪਾਤਸ਼ਾਹੀ ਦੱਸੋ ਇਹਦੇ ਚ ਕਿਹੜੀ ਜਾਤ ਲਿਖੀ ਹੈ ਕੋਈ ਜਾਤ ਲਿਖ ਕੇ ਕਿਹਾ ਵੀ ਇਹਨਾਂ ਸਿੱਖਾਂ ਨੂੰ ਦੇਣੀ ਇਹਨਾਂ ਨੂੰ ਨਹੀਂ ਦੇਣੀ ਗਰੀਬ ਸਿੱਖਾਂ ਨੂੰ ਦੇਣੀ ਹੈ ਤੇ ਗਰੀਬ ਸਿੱਖ ਕੌਣ ਨੇ ਸਾਰੇ ਹੀ ਗਰੀਬ ਸਾਂ ਜੇ ਕੁਝ ਪ੍ਰਾਪਤੀ ਹੋਈ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਹੋਈ ਹੈ ਅੱਜ ਇੱਥੇ ਜਿਹੜੇ ਪਾਸਟਰ ਨੇ ਉਹ ਪਿੰਡਾਂ ਦੇ ਵਿੱਚ ਬੋਰਡ ਲਾਉਂਦੇ ਨੇ ਉਹ ਪਿੰਡਾਂ 'ਚ ਫਲੈਕਸ ਲਾਉਂਦੇ ਨੇ ਉਹ 사ਦਕੇ ਚਰਚਾਂ 'ਚ ਪਤਾ ਕੀ ਕਹਿੰਦੇ ਨੇ ਉਹ ਚਰਚਾਂ 'ਚ 사ਦਕੇ ਇਹ ਗੱਲ ਕਹਿੰਦੇ ਵੀ ਤੁਸੀਂ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਹਾਨੂੰ ਠੀਕ ਨਹੀਂ ਕਰ ਸਕਦੇ ਤੁਸੀਂ ਜੀਸੂ ਮਸੀਹ ਅੱਗੇ ਅਰਦਾਸ ਕਰੋ ਫਿਰ ਤੁਹਾਡੀ ਸੁਣੀ ਜਾਊ ਹੁਣ ਜੇ ਅਸੀਂ ਇਹ ਗੱਲ ਸੁਣ ਲੈਨੇ ਆ ਤੇ ਇਹਦਾ ਮਤਲਬ ਅੰਦਰ ਸਾਡੇ ਸਿੱਖੀ ਮੌਜੂਦ ਨਹੀਂ ਸਿੱਖੀ ਦਾ ਖਤਮ ਹੋ ਚੁੱਕਾ ਅੰਦਰ ਨਹੀਂ ਤੇ ਜੇ ਗੁਰੂ ਦਾ ਸੇਕ ਹੋਵੇ ਉਹਨੂੰ ਕੋ ਕਵੇ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਰਦਾਸ ਨਹੀਂ ਸੁਣ ਸਕਦੇ ਇਹ ਉਹਨਾਂ ਦੀ ਸੀਮਾ ਤੋਂ ਬਾਹਰ ਦੀ ਗੱਲ ਹੈ ਤੇ ਉਹ ਸਿੱਖ ਸੁਣ ਕੇ ਬਰਦਾਸ਼ਤ ਕਰਕੇ ਘਰ ਆ ਜਵੇ ਉਹ ਸਿੱਖ ਨਹੀਂ ਆਵਾ ਸਕਦੇ ਪਰ ਅੱਜ ਸਾਰਾ ਕੁਝ ਹੋ ਰਿਹਾ ਇੱਥੇ ਜ਼ਮੀਨਾਂ ਵੇਚਣ ਲੱਗੇ ਅਸੀਂ ਵੇਂਦੇ ਨਹੀਂ ਪੇ ਕਿੰਨੂ ਜ਼ਮੀਨ ਵੇਚਣੀ ਆ ਸਾਡੀਆਂ ਵਿਕੀਆਂ ਜ਼ਮੀਨਾਂ ਦੇ ਉੱਤੇ ਚਰਚਾਂ ਖੜੀਆਂ ਹੋ ਗਈਆਂ ਔਰ ਜਿਨ੍ਹਾਂ ਨੇ ਵੇਚਿਆ ਉਹ ਵੀ ਉਹਨਾਂ ਤੁਹਾਨੂੰ ਦੰਦੀਆਂ ਵੜਦੇ ਨੇ ਐਤਵਾਰ ਤੇ ਐਤਵਾਰ ਉਹ ਲਾ ਕੇ ਸਪੀਕਰ ਉੱਥੇ ਜਿਹੜਾ ਤਮਾਸ਼ਾ ਕਰਦੇ ਨੇ ਉਹ ਸਾਰੀ ਦੁਨੀਆ ਨੂੰ ਪਤਾ ਪਰ ਆਪਾਂ ਤਾਂ ਕਿਸੇ ਦਾ ਕਸੂਰ ਕੱਢੀਏ ਜੇ ਆਪਾਂ ਖੋਟੇ ਨਾ ਹੋਈਏ ਸਤਗੁਰ ਸੱਚੇ ਪਾਤਸ਼ਾਹ ਨੇ ਜਦੋਂ ਤਖਤ ਸਿੰਘ ਕੇਸਗੜ੍ਹ ਸਾਹਿਬ ਇੱਕ ਆਵਾਜ਼ ਮਾਰੀ ਸੀ ਨਾ ਵੀ ਪੰਜ ਸਿਰ ਚਾਹੀਦੇ ਨੇ ਉਸ ਮੌਕੇ ਪੰਜ ਸਿੰਘ ਉઠੇ ਝਿਜਕਦੇ ਝਿਜਕਦੇ ਵਾਰੀ-ਵਾਰੀ ਤੇ ਜਦੋਂ ਪੰਜਾਂ ਨੂੰ ਪਿਆਰੇ ਸਾਜ ਗੇ ਸਤਿਗੁਰ ਸਾਹਮਣੇ ਲੈ ਕੇ ਆਏ ਨਾ ਤੇ ਆਪ ਮੱਥਾ ਟੇਕਿਆ ਤੇ ਮੇਰੇ ਅਰਗੇ ਜਿਹੜੇ ਭੇਖੀ ਸਨ ਉਹ ਬੈਠੇ ਸੀ ਸੰਗਤ ਦੇ ਵਿੱਚ ਉਹ ਕਹਿੰਦੇ ਲੈ ਜੇ ਪੰਜ ਪਿਆਰੇ ਸਾਜਣੇ ਸੀ ਤੇ ਅਸੀਂ ਵੀ ਖੜੋ ਜੰਦੇ ਸਾਨੂੰ ਤੇ ਪਤਾ ਨਾ ਲੱਗਾ ਲਾਗੋਂ ਕਿਸੇ ਨੇ ਆਖਿਆ ਇਹ ਕਲਗੀ ਆਲੇ ਦਾ ਦਰਬਾਰ ਹੈ ਇੱਥੇ ਖੋਟੇ ਸਿੱਕੇ ਨਹੀਂ ਚੱਲਦੇ ਖੋਟੇ ਸਿੱਕੇ ਕੀ ਹੁੰਦੇ ਆ ਖੋਟੇ ਸਿੱਕਿਆਂ ਦਾ ਭਾਰ ਵੀ ਹੋਣਾ ਖੋਟੇ ਸਿੱਕਿਆਂ ਦੀ ਦਿਖ ਵੀ ਉਹੋ ਜੀ ਪਰ ਅਸਲੀ ਜੋਹਰੀ ਦੁਕਾਨਦਾਰ ਇਹ ਪਛਾਣ ਲੈਂਦਾ ਵੀ ਆ ਅਸਲੀ ਹੈ ਤੇ ਆ ਨਕਲੀ ਹੈ ਕਲਗੀ ਆਣੇ ਦੇ ਦਰਬਾਰ ਦੇ ਵਿੱਚ ਖੋਟੇ ਸਿੱਕੇ ਨਹੀਂ ਚੱਲ ਸਕਦੇ ਵੀ ਬਾਹਰੋਂ ਹੋਰ ਹੋਈਏ ਅੰਦਰੋਂ ਹੋਰ ਹੋਈਏ ਤੇ ਉੱਥੇ ਪ੍ਰਵਾਣੀ ਨਹੀਂ ਜਾ ਸਕੀਦਾ ਸੋ ਅੱਜ ਤੁਸੀਂ ਇਹ ਨਿਸ਼ਚਾ ਕਰੋ ਜਿਹੜੇ ਨੌਜਵਾਨ ਇੱਥੇ ਆਏ ਆ ਤੁਸੀਂ ਇਹ ਪ੍ਰਣ ਕਰੋ ਸਤਿਗੁਰ ਦੀ ਜੂਰੀ 'ਚ ਬੈਠੇ ਆਂ ਵੀ ਅੱਜ ਤੋਂ ਬਾਅਦ ਅਸੀਂ ਕੈਸ ਕਤਲ ਨਹੀਂ ਕਰਾਉਣੇ ਜੇ ਕੈਸ ਕਤਲ ਕਰਾਈਏ ਤੇ ਵੇ ਸਤਗੁਰ ਦੇ ਦੁਸ਼ਮਣ ਅਖਵਾਈਦਾ ਗੁਰੂ ਘਰ ਦੇ ਦੁਖੀ ਅਖਵਾਈਦਾ ਤੇ ਤੁਸੀਂ ਮੈਨੂੰ ਦੱਸੋ ਅਸੀਂ ਜੇ ਗੁਰੂ ਦੇ ਦੁਸ਼ਮਣ ਬਣਨਾ ਗੁਰੂ ਦੇ ਦੁਖੀ ਬਣਨਾ ਤੇ ਫਿਰ ਸਾਡੇ ਇਸ ਜਨਮ ਦਾ ਫਾਇਦਾ ਕੀ ਹੈ ਇਹ ਇੱਥੇ ਨਿਸ਼ਚਾ ਕਰੋ ਪ੍ਰਣ ਕਰੋ ਸਤਗੁਰ ਦੀ ਹਜ਼ੂਰੀ ਦੇ ਵਿੱਚ ਵੀ ਅੱਜ ਤੋਂ ਬਾਅਦ ਕਿਸੇ ਵੀ ਕਿਸਮ ਦੇ ਨਸ਼ੇ ਦਾ ਸੇਵਨ ਅਸੀਂ ਨਹੀਂ ਕਰਨਾ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਨੇ ਬੱਜਰ ਕਰਹਿਤਾ ਚ ਕਿ ਆਪ ਵੀ ਤਮਾਕੂ ਬੱਜਰ ਕਰਹਿਤਾ ਹੈ ਤੇ ਅੱਜ ਜਿਹੜੀ ਮਰਜੀ ਗਲੀ ਖਾਲਸਾ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਗਏ ਸੀ ਉੱਥੇ ਅਨੰਦਪੁਰ ਸਾਹਿਬ ਗਏ ਸੀ ਅੰਮ੍ਰਿਤਸਰ ਸਾਹਿਬ ਚਲਜੋ ਪੰਜਾਂ ਤਖਤਾਂ ਤੇ ਚਲਜੋ ਗਲੀਆਂ ਦੇ ਵਿੱਚ ਉਹ ਨਿਗ ਨਿਗ ਤਮਾਕੂ ਦੀਆਂ ਪੁਣੀਆਂ ਪਿੰਡਾਂ ਥਾਵਾਂ 'ਚ ਗੁਰੂ ਘਰਾਂ ਦੇ ਸਾਹਮਣੇ ਪਈਆਂ ਦੀ ਅੰਦਰ ਵੀ ਜਾ ਵਰਦਨੀ ਤੇ ਫੇ ਕਿਹੜੀ ਸਿੱਖੀ ਕਾਇਮ ਰਹੂਗੀ ਸਾਜੀ ਸੋ ਇਸ ਕਰਕੇ ਭੁੱਲਣ ਹਾਰ ਆਪਾਂ ਸਾਰੇ ਹੀ ਐ ਪਾਪੀਆਂ ਪਾਪ ਕਮਾਰਿਆਂ ਨਿਤ ਸਤਗੁਰ ਅੱਗੇ ਅਰਦਾਸ ਬੇਨਤੀ ਇੱਕੋ ਹੀ ਕਰੀਏ ਵੀ ਸਤਗੁਰ ਸੱਚੇ ਬਾਦਸ਼ਾਹ ਜੀਓ ਤੁਸੀਂ ਬਖਸ਼ਣਹਾਰ ਜੀ ਸਾਨੂੰ ਪਾਪੀਆਂ ਨੂੰ ਬਖਸ਼ ਕੇ ਆਪਣੇ ਚਰਨਾਂ 'ਚ ਜਗ੍ਹਾ ਦਿਓ ਸਾਨੂੰ ਬਕਾਰਾਂ ਤੋਂ ਮੁਕਤ ਕਰਵਾਓ ਇਹ ਗੱਲ ਸਾਨੂੰ ਸਾਰਿਆਂ ਨੂੰ ਮੈਨੂੰ ਤੁਹਾਨੂੰ ਸਾਂਝੇ ਰੂਪ ਦੇ ਅਰਦਾਸ ਕਰਨ ਦੀ ਲੋੜ ਹੈ ਸਤਗੁਰ ਅੱਗੇ ਕਰ ਅਰਦਾਸ ਹੋਰ ਕਰੀਏ ਵੀ ਗੁਰੂ ਸਾਹਿਬ ਜੀਓ ਜਦੋਂ ਸਮਾਂ ਬਣਿਆ ਤੁਸੀਂ ਜਦੋਂ ਸਮਾਂ ਬਣਿਆ ਤੁਸੀਂ ਆਪਣੇ ਚਾਰ ਪੁੱਤਰ ਇੱਕ ਵੀ ਲਗਾ ਕੇ ਨਹੀਂ ਰੱਖਿਆ ਚਾਰੇ ਪੁੱਤਰ ਆਪ ਹੱਥੀ ਤੋਰੇ ਛੀਧੀਆਂ ਵਾਸਤੇ ਮਾਤਾ ਮਾਤਾ ਗੁਜਰਕਾਰ ਨੂੰ ਛੀਦੀ ਵਾਸਤੇ ਤੋੜ ਦਿੱਤਾ ਆਪ ਮਹਿਲ ਮਨਾਰੇ ਛੱਡ ਕੇ ਮਾਚੀਵੜ ਦੇ ਜੰਗਲਾਂ 'ਚ ਡੇਰਾ ਲਾ ਲਿਆ ਕੋਈ ਬਿੱਦ ਬਣਾਓ ਇਹ ਜਿਹੜਾ ਸਿਰ ਅਸੀਂ ਲਈ ਫਿਰਦੇ ਨਾ ਤੂੜੀ ਭਰੀ ਵਾਲਾ ਜਿਹੜੀ ਲੋਥ ਲਈ ਫਿਰਦੇ ਹਾਂ ਜਿਹਦੇ 'ਚ ਤੁਹਾਡੇ ਪ੍ਰਤੀ ਪ੍ਰੇਮ ਨਹੀਂ ਉਹ ਲੋਥ ਤੁਹਾਡੇ ਲੇਖੇ ਲੱਗ ਜਾਵੇ ਇਹ ਵੀ ਕਿਤੇ ਮੌਕਾ ਬਣੇ ਤੇ ਸਾਨੂੰ ਇੱਕ ਦਾਤ ਬਖਸ਼ੋ ਹੁਣ ਦਾਤ ਮੰਗਣ ਵੇਲੇ ਕਿਹੜੀ ਦਾਤ ਮੰਗੀ ਜਾਂਨੇ ਆਪਾਂ ਵੀ ਸਾਡਾ ਵਿਜਾ ਲੱਗ ਜਾ ਜੀ ਸਾਡਾ ਆ ਹੋ ਜਾਏ ਸਾਨੂੰ ਦੁੱਧ ਦੀ ਪੁੱਤ ਦੀ ਦਾਤ ਮਿਲ ਜਾਵੇ ਸਾਨੂੰ ਫਲਾਣੀ ਚੀਜ਼ ਮਿਲ ਜਾਏ ਸਾਡੇ ਕੋ ਆ ਗੱਡੀ ਆ ਜਾਵੇ ਜੇ ਅੱਜ ਕੁਝ ਮੰਗਣਾ ਤੇ ਇੱਕੋ ਚੀਜ਼ ਮੰਗੀਏ ਵੀ ਸਤਿਗੁਰ ਸੱਚੇ ਪਾਸ਼ਾ ਜੀ ਉਹ ਕਿਰਪਾ ਕਰੋ ਸਾਨੂੰ ਸ਼ਹਾਦਤ ਦੀ ਦਾਤ ਬਖਸ਼ ਦਿਓ ਪੈਣਾ ਅੱਜ ਇੱਕ ਅਰਦਾਸ ਕਰਿਆ ਕਰੋ ਸਵੇਰੇ ਸ਼ਾਮ ਇੱਕ ਅਰਦਾਸ ਸਵੇਰੇ ਸ਼ਾਮ ਕਰਿਆ ਕਰੋ ਕਈ ਭੈਣਾ ਆਉਂਦੀਆਂ ਵੀ ਸਾਡੇ ਪੁੱਤਰ ਦਾ ਨਸ਼ਾ ਛਡਵਾ ਦਿਓ ਤੇ ਆਹੀ ਸਵਾਲ ਅੱਗੇ ਉਹ ਕਰੀਦਾ ਵੀ ਮਾਤਾ ਨਸ਼ਾ ਛੁੱਟ ਜੂ ਪਰ ਲਾਉਣਾ ਕਿਹੜਾ ਨਵਾਂ ਇਹਨੂੰ ਕਿਉਂਕਿ ਪਹਿਲਾ ਛਡਾਉਣ ਲਈ ਕੋਈ ਨਵਾਂ ਲਾਉਣਾ ਪੈਣਾ ਹੈ ਜੇ ਤੇ ਚਾਹੁੰਦੇ ਹੋ ਵੀ ਨਸ਼ਾ ਛੁੱਟ ਜਾਵੇ ਤੇ ਤੁਹਾਨੂੰ ਕਮਾਈਆਂ ਕਰ ਕਰਕੇ ਦਵੇ ਤੇ ਫਿਰ ਨਹੀਂ ਛੁੱਟਦਾ ਜੇ ਨਸ਼ਾ ਸ਼ਡਾਉਣ ਲੱਗਿਆ ਪ੍ਰਾਨ ਕਰਨਾ ਗੁਰੂ ਅੱਗੇ ਅਰਦਾਸ ਕਰਨੀ ਹੈ ਵੀ ਸਾਨੂੰ ਇਹ ਚਿੰਤਾ ਨਹੀਂ ਸਤਿਗੁਰ ਜੀਓ ਵੀ ਸਾਡਾ ਪੁੱਤ ਮਰ ਜਾਊ ਸਾਨੂੰ ਚਿੰਤਾ ਹੈ ਇੱਕ ਜਿਹੜਾ ਇਹ ਜਲਾਲਤ ਭਰੀ ਮੌਤ ਨਾਲ ਮਰੇ ਜੇ ਮਰੇ ਤੇ ਤੁਹਾਡੇ ਧਰਮ ਯੁੱਧ ਦੇ ਵਿੱਚ ਜੂਝਦਾ ਹੋਇਆ ਮਰੇ ਸਾਨੂੰ ਉਸ ਗੱਲ ਦੀ ਕੋਈ ਚਿੰਤਾ ਨਹੀਂ ਅਸੀਂ ਖੁਸ਼ੀ ਮਨਾਵਾਂਗੇ ਹੁਣ ਤੁਸੀਂ ਦੱਸੋ ਇਹ ਅਰਦਾਸ ਕਰਨ ਦਾ ਜਿਗਰਾ ਹੈਗਾ ਜਿੱਦਣ ਇਹ ਅਰਦਾਸ ਕਰਨ ਦਾ ਜਿਗਰਾ ਸਾਡੇ ਚ ਆ ਗਿਆ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਗੱਲ ਕਹਿਣਾ ਖੜਕੇ ਉਸ ਦਿਨ ਤੋਂ ਅਗਲੇ ਦਿਨ ਆਪਣਾ ਪੁੱਤਰ ਭਰਾ ਪਤੀ ਕੋਈ ਵੀ ਭਤੀਜਾ ਜਿਹਦੇ ਲਈ ਅਰਦਾਸ ਕਰਨੀ ਉਹ ਨਸ਼ੇ ਨੂੰ ਹੱਥ ਨਾ ਲਾਉ। ਅਰਦਾਸ ਉਦੋਂ ਸੁਣੀ ਜਾਣੀ ਐ ਅਸੀਂ ਕਲਗੀਆਂ ਵਾਲੇ ਕੋ ਸਾਰਾ ਕੁਝ ਲੈ ਲਿਆ। ਸਾਰਾ ਕੁਝ ਝੋਲੀ ਪਵਾ ਲਿਆ, ਚਾਰ ਪੁੱਤਰ ਪਵਾ ਲੇ, ਪਿਤਾ ਪਵਾ ਲਿਆ, ਮਾਤਾ, ਸ਼ਹਿਰ ਜਿਹੜਾ ਰਾਜ ਭਾਗ ਐ ਸਾਰਾ ਕੁਝ। ਤਖਤ, ਤਾਜ, ਬਾਜ, ਸਾਜ ਕੁਝ ਸਤਗੁਰ ਨੇ ਕੋਲ ਨਹੀਂ ਰੱਖਿਆ ਸਾਰਾ ਕੁਝ ਖਾਲਸੇ ਦੀ ਝੋਲੀ ਪਾ ਦਿੱਤਾ। ਤੇ ਅੱਜ ਜੇ ਸਾਡੇ ਕੋਲ ਕੁਝ ਹੈਗਾ ਤੇ ਉਹਦੀ ਝੋਲੀ ਪਾਉਣ ਨੂੰ ਤਿਆਰ ਨਹੀਂ ਤੇ ਫਿਰ ਸਾਡੇ ਕੋਲ ਹੋਇਆ ਨਾ ਹੋਇਆ ਕੋਈ ਗੱਲ ਹੈ ਜੇ ਪੁੱਤ ਦੀ ਦਾਤ ਮੰਗਦੇ ਆ ਤੇ ਫਿਰ ਇੱਕ ਅਰਦਾਸ ਨਾਲ ਇਹ ਵੀ ਕਰ ਦਿਆ ਕਰੀਏ ਕਿ 사ਤਗੁਰ ਜੀਓ ਪੁੱਤਰ ਦੀ ਦਾਤ ਬਖਸ਼ਿਓ ਪਰ ਨਾਲ ਇਹ ਦਾਤ ਇੱਕ ਹੋਰ ਬਖਸ਼ ਦਿਓ ਕਿ ਕੱਲ ਨੂੰ ਆਪਣੀ ਝੋਲੀ ਪਵਾਉਣ ਦੀ ਸਮਰੱਥਾ ਵੀ ਗੋਲ ਹੀ ਰਵੇ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਅਜੇ ਸਿੰਘ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋੜ ਨਾ ਸਕੇ ਮੁਗਲ ਅਨੇਕ ਤਸ਼ੱਦਦ ਕੀਤੇ ਹਰਾ ਨਾ ਸਕੇ ਈਨ ਨਾ ਮੰਨਵਾ ਸਕੇ ਉਹਨਾਂ ਅਜੇ ਸਿੰਘ ਨੂੰ ਲਿਆਂਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦੀ 'ਚ ਰੱਖ ਕੇ ਉਹਦੀ ਛਾਤੀ ਚੀਰੀ ਧੜਕਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਤੁੰ ਦਿੱਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਮੁਸਕਰਾ ਪਏ ਤੇ ਫਰਖਸ਼ੀਰ ਬਾਦਸ਼ਾ ਗੁੱਸੇ 'ਚ ਆਇਆ ਕਹਿੰਦਾ ਵੀ ਬੰਦਾ ਸਿੰਘ ਹੱਸਦਾ ਕਿਉਂ ਹੈ ਜੇਸ ਬਾਦਸ਼ਾ ਨੇ ਇਹ ਐਡਾ ਪਾਪ ਬੰਦਾ ਸਿੰਘ ਬਹਾਦਰ ਦੇ ਚਿਹਰੇ ਤੇ ਚਿੰਤਾ ਵੇਖਣ ਨੂੰ ਕੀਤਾ ਹੋਵੇ ਉਹਦੇ باوجود ਬੰਦਾ ਸਿੰਘ ਬਹਾਦਰ ਹੱਸੇ ਤੇ ਉਹਨੇ ਪੁੱਛਿਆ ਵੀ ਬੰਦਾ ਸਿੰਘ ਹੱਸਦਾ ਕਿਉਂ ਹੈ ਬੰਦਾ ਸਿੰਘ ਬਹਾਦਰ ਨੇ ਜਿਹੜਾ ਜਵਾਬ ਦਿੱਤਾ ਖਾਲਸਾ ਜੀ ਉਹ ਸੁਣਨਾ ਚਾਹੀਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਸਤਗੁਰ ਬੜਾ ਬਯੰਤ ਹੈ ਦੋ ਵਾਰੀ ਇਹ ਬਚਨ ਕੀਤਾ ਵੀ ਸਤਗੁਰ ਬੜਾ ਬਯੰਤ ਹੈ ਕਲਗੀਆਂ ਵਾਲਾ ਬਯੰਤ ਹੈ ਉਹਨੇ ਕਿਹਾ ਵੀ ਕੀ ਆਖਦਾ ਹੈ ਉਹ ਕਹਿੰਦਾ ਸਤਗੁਰ ਬੜਾ ਬਯੰਤ ਹੈ ਉਹਨੇ ਚਾਰ ਪੁੱਤਰ ਸਾਡੀ ਝੋਲੀ ਪਾਏ ਸਾਡੇ ਸਿਰ ਉਹਦਾ ਕਰਜ਼ਾ ਜਿਹੜਾ ਲਾ ਨਹੀਂ ਸਕੀਦਾ ਪਰ ਅੱਜ ਮੇਰਾ ਇੱਕੋ ਇੱਕ ਪੁੱਤਰ ਤੇਰੇ ਹੱਥੋਂ ਆਪਣੀ ਝੋਲੀ ਪਵਾਤਾ ਤੇ ਉਹਨੇ تیرਤੇ ਵੀ ਕਿਰਪਾ ਕੀਤੀ ਹੈ ਮੇਰੇ ਤੇ ਵੀ ਕਿਰਪਾ ਕੀਤੀ ਹੈ ਜੇ ਇੰਨਾ ਜਿਗਰਾ ਹੈ ਖਾਲਸਾ ਜੀ ਤੇ ਫਿਰ ਇਹ ਪੁੱਤਰ ਨਸ਼ਿਆਂ ਤੇ ਨਹੀਂ ਲੱਗਦੇ ਫਿਰ ਇਹ ਸੂਰਮੇ ਬਣ ਗਏ ਇਹਨਾਂ ਨੂੰ ਬਚਪਨ ਤੋਂ ਸਿੱਖਿਆ ਦੇਣੀ ਪੈਣੀ ਹੈ ਜੇ ਸਿੱਖਿਆ ਇਹ ਦੇਣੀ ਹੈ ਪੀਪਲ ਤਾਂ ਵੱਡਾ ਹੋ ਚੰਗੀ ਨੌਕਰੀ ਤੇ ਲੱਗ ਕਮਾਈ ਕਰਕੇ ਸਾਨੂੰ ਖਵਾ ਤੇ ਫਿਰ ਗੁਰੂ ਦਾ ਸਹਾਨ ਲਾਉਣ ਦਾ ਯਤਨ ਕਦੋਂ ਕਰਨਾ ਲਾ ਨਹੀਂ ਸਕੀਦਾ ਗੁਰੂ ਦਾ ਕਰਜ਼ਾ ਐਸਾ ਹੈ ਜਿਹਨੂੰ ਸਾਰੀ ਉਮਰ ਸਵਾਸ ਸਵਾਸ ਲਾਉਣ ਦਾ ਯਤਨ ਕਰੀਏ ਲੱਖਾਂ ਕਰੋੜਾਂ ਜਨਮ ਲੈ ਕੇ ਲੱਖਾਂ ਵਾਰ ਸੀਸ ਵਾਰ ਦਈਏ ਤਾਂ ਵੀ ਕਲਗੀ ਵਾਲੇ ਦਾ ਕਰਜ਼ਾ ਲਾਇਆ ਨਹੀਂ ਜਾ ਸਕਦਾ ਪਰ ਇਹਦਾ ਅਰਥ ਇਹ ਨਹੀਂ ਵੀ ਅਸੀਂ ਕੋਈ ਯਤਨ ਹੀ ਨਾ ਕਰੀਏ ਸੋ ਅੱਜ ਸਮਾਂ ਆ ਗਿਆ ਹੈ ਸਾਡੇ ਕੋ ਚੋਣ ਕਰਨ ਦਾ ਸਮਾਂ ਵੀ ਅਸੀਂ ਆਪਣੇ ਪੁੱਤਰ ਇਹ ਨਾਲ ਚ ਟੀਕੇ ਲਾ ਕੇ ਮਰਦੇ ਦੇਖਣੇ ਆ ਗਲੀਆਂ ਨਾਲੀਆਂ ਚ ਡਿੱਗੇ ਦੇਖਣੇ ਆ ਕਿ ਇਹਨਾਂ ਨੂੰ ਜੰਗ ਦੇ ਮੈਦਾਨ ਚ ਲੜਦੇਆਂ ਸ਼ਹੀਦ ਹੁੰਦੇ ਆ ਵੇਖਣਾ ਇਹ ਦੋਵਾਂ ਚ ਇੱਕ ਚੋਣ ਕਰਨੀ ਪੈਣੀ ਵਿਚਲਾ ਕੋਈ ਰਾਹ ਨਹੀਂ ਜਿਹੜਾ ਵਿਚਲਾ ਰਾਹ ਲੱਭਦਾ ਜਿਹੜੇ ਕਹਿੰਦੇ ਨੇ ਵੀ ਸਾਡਾ ਲਹੂ ਬਿਨਾ ਡੁੱਲੇ ਤੇ ਰਾਜ ਵੀ ਮਿਲ ਜਾਵੇ ਤਖਤ ਵੀ ਮਿਲ ਜਾਵੇ ਤੇ ਤਾਜ ਵੀ ਮਿਲ ਜਾਏ ਉਹਨਾਂ ਨੂੰ ਕੁਝ ਨਹੀਂ ਮਿਲਦਾ ਇਹ ਸੁਪਨਾ ਹੈ ਇਥੇ ਕਈ ਆਣ ਕੇ ਝੂਠ ਬੋਲਣਗੇ ਵੀ ਵੋਟਾਂ ਪਾ ਦਿਓ ਆ ਲੈ ਦੇਾਂਗੇ ਅਸੀਂ ਤੇ ਸਿੱਧਾ ਕਹਿੰਨੇ ਆ ਭਾਈ ਜਉ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਤਲ ਤਲੀ ਗਲੀ ਮੇਰੀ ਆਓ ਤੇ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਲਗੀ ਤੇ ਜੇ ਸਤਗੁਰ ਦੀ ਗਲੀ ਆਉਣਾ ਤੇ ਸਤਗੁਰ ਨੇ ਇਹੋ ਹੀ ਹੁਕਮ ਦਿੱਤਾ ਹੈ ਵੀ ਸੀਸ ਤਲੀ ਦੇ ਧਰ ਕੇ ਆਉਣਾ ਇਹ ਨਹੀਂ ਸਤਗੁਰ ਨੇ ਕਿਹਾ ਵੀ ਹੋਰ ਕੁਝ ਕੋਈ ਗੱਲ ਨਹੀਂ ਜੀ ਤੁਸੀਂ ਭੇਟਾ ਲੈ ਕੇ ਆ ਜਿਓ ਕੁਝ ਪ੍ਰਵਾਨ ਨਹੀਂ ਉਥੇ ਇੱਕੋ ਪੇਟਾ ਪ੍ਰਵਾਨ ਹੈ ਉਹ ਸੀਸ ਦੀ ਪੇਟਾ ਸੋ ਇਹ ਫੈਸਲਾ ਆਪਾਂ ਕਰ ਲਈਏ ਵੀ ਜਿਹੜੇ ਵਿਕਾਰਾਂ ਚ ਫਸੇ ਆ ਉਹਨਾਂ ਚੋਂ ਨਿਕਲਣਾ ਹੈ ਜਾਂ ਨਹੀਂ ਨਿਕਲਣਾ ਇਹ ਫੈਸਲਾ ਕਰ ਲਈਏ ਵੀ ਸਤਗੁਰ ਦੇ ਦਰਸਾਏ ਮਾਰਗ ਤੇ ਚੱਲਣਾ ਕਿ ਨਹੀਂ ਚੱਲਣਾ ਇਹ ਅਸੀਂ ਲੋਕਾਂ ਨੇ ਝੂਠੇ 사ਤਗੁਰੂ ਬਥੇਰੇ ਬਣਦੇ ਹੁੰਦੇ ਆ ਝੂਠੇ ਗੁਰੂ ਬਥੇਰੇ ਦਾਵਾ ਕਰਦੇ ਆ ਪਰ ਸਾਡੇ ਗੁਰੂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਦੇ ਕੇ ਸਾਬਤ ਕੀਤਾ ਵੀ ਸੱਚਾ ਕੌਣ ਹੈ ਅੱਜ ਕਿਹਦਾ ਫਰਜ ਐ ਭਾਈ ਅੱਜ ਸਿੱਖਾਂ ਦਾ ਫਰਜ ਐ ਅਸੀਂ ਆਪ ਮਿਹਣਾ ਦਵਾਉਨਿਆਂ ਜਦੋਂ ਐਸੇ ਕਿਸੇ ਪਖੰਡੀ ਡੇਰੇਦਾਰ ਦੇ ਡੇਰੇ ਲੱਗ ਜਾਂਦੇ ਆ ਸੋ ਜੇ ਅਸੀਂ ਚਾਹੁੰਦੇ ਆ ਵੀ ਗੁਰੂ ਨੂੰ ਕੋ ਮਿਹਣਾ ਨਾ ਮਾਰੇ ਆਪਣਾ ਆਪ ਸੁਧਾਰੀਏ ਖਾਲਸਾ ਜੀ ਪਾਪੀ ਆ ਅਨੇਕਾਂ ਔਗਣ ਨੇ ਸਾਡੇ ਹਮ ਔਗਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਵਿਖਾ ਵਿਖਾਈ ਅਸੀਂ ਅੰਮ੍ਰਿਤ ਛੱਡ ਕੇ ਸਤਗੁਰ ਦਾ ਜਿਹੜਾਂ ਚੱਕਦੇ ਫਿਰਦੇ ਆਂ ਅਮਰਤ ਜਿਹਨੇ ਅਮਰ ਕਰਨਾ ਹੈ ਜਿਹਨੇ ਮੌਤ ਦੇ ਭੈਅ ਤੋਂ ਮੁਕਤ ਕਰ ਦੇਣਾ ਉਹਨੂੰ ਛੱਡ ਕੇ ਤੇ ਕਦੀ ਕਿਸੇ ਡੇਰੇ ਦਾ ਕੋਈ ਨਾਮ ਲੈ ਲਿਆ ਜੀ ਕਦੀ ਕਿਸੇ ਡੇਰੇ ਚ ਲੈ ਕੇ ਕੋਈ ਲੋਕਟ ਪਾ ਲਿਆ ਇਹ ਸਭ ਜ਼ਹਿਰਾਂ ਨੇ 사ਤਗੁਰ ਨੇ ਬਾਣੀ ਚ ਸਾਰਾ ਕੁਝ ਪ੍ਰਤਕ ਲਿਖਿਆ ਇਹ ਔਗਣਾ ਦੀ ਨਿਸ਼ਾਨੀ ਹੈ ਇੱਕ ਵੀ ਗੁਣ ਨਹੀਂ ਸਾਡੇ ਚ ਪਰ ਫਿਰ ਵੀ ਕਲਗੀ ਆਲਾ ਦਾ ਸ਼ੁਕਰ ਕਰੀਏ ਅੱਜ ਵੀ 사ਤਗੁਰ ਦੀ ਹਜ਼ੂਰੀ ਦੇ ਵਿੱਚ ਸੱਜ ਕੇ ਬੈਠੇ ਆ ਪਰ ਜੇ ਅੱਜ ਇੱਥੇ ਬੈਠਿਆ ਤਾਂ ਕਿਸੇ ਖਿਆ ਲੈ ਕੇ ਜਾਈਏ ਜੇ ਉਹਦੇ ਹੁਕਮਾਂ 'ਚ ਚੱਲਣਾ ਹੈ ਤੇ ਫੇਰ ਹੀ ਉਹਨੂੰ ਮੱਥੇ ਟੇਕਣ ਦਾ ਫਾਇਦਾ ਹੈ ਗੁਰੂ ਨੂੰ ਜੇ ਉਹਦੇ ਹੁਕਮ ਨਹੀਂ ਮੰਨਣਾ ਤੇ ਫੇਰ ਇਹ ਫੋਕਾ ਪ੍ਰੇਮ ਹੈ ਝੂਠ ਹੈ ਪਖੰਡਾ ਦਿਖਾਵਾ ਹੈ ਇਹ ਕਰੀ ਜਾਈਏ ਉਹਦਾ ਕੋਈ ਫਾਇਦਾ ਨਹੀਂ ਸੋ ਇੰਨੀਆਂ ਕ ਬੇਨਤੀਆਂ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ ਬੋਲਦਿਆਂ ਅਨੇਕ ਭੁੱਲਾਂ ਹੋਈਆਂ ਅਣਜਾਣ ਸਮਝ ਕੇ ਮਾਫ਼ ਕਰਨਾ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ